ਤੇ ਦੂਸਰੇ ਬੰਨੇ ਚੋਲਾ ਸਾਹਿਬ ਦੀ ਧਰਤੀ ਦਾ ਸੁਖ ਬਣ ਜਾਣ ਕਹਿੰਦੇ ਵੀ ਸਮਾਨ ਜਿੰਨੀ ਹੈ ਹਜ਼ਾਰ ਲਾਉਣਾ ਇਹਦੇ ਤੇ ਸੁਣੋ ਗੁਲਾਮੀ ਵਾਲੇ ਪਿੰਡ ਦੀ ਧਰਤੀ ਦਾ ਰੂਪਾ ਭੱਜਿਆ ਆਉਂਦਾ ਨਿਰਵਿਰਿਓ ਇੱਕ ਹਜ਼ਾਰ ਰੁਪਇਆ ਲੱਗਾ ਚੋਲਾ ਸਾਹਿਬ ਦੇ ਸੁਖਮਣ ਦੀ ਕਬੱਡੀ ਤੇ ਜਿਹੜਾ ਵੀ ਜਾਫੀ ਜੱਫਾ ਲਾ ਦੇ ਨਹੀਂ ਮੈਚ ਤੋਂ ਬਾਅਦ ਇੱਕ ਹਜ਼ਾਰ ਰੁਪਇਆ ਜਿਹੜਾ ਦਿੱਤਾ ਜਾਣਾ ਉਹ ਮੇਰੇ ਵੀ ਬਿਲਕੁਲ ਚੋਲਾ ਸਾਹਿਬ ਦੇ ਸੁਖਮਣ ਨੂੰ ਚੱਲ ਵੀ ਨਾ ਜਾਂਦਾ ਕਬੱਡੀ ਚੱਲੇ ਦੇ ਰੇਸ਼ਮ ਦੀ ਸਵਾਦ ਆਉਂਦਾ ਨਜ਼ਾਰਾ ਆਉਂਦਾ ਇਸ ਕਬੱਡੀ ਨੂੰ ਤੱਕ ਮੇਰੇ ਵੀ ਅੱਜ ਭੁੱਖ ਲੈਂਦੀ ਹੈ ਕਿ ਭੁੱਖ ਲੱਥ ਜਾਂਦੀ ਤੱਕ ਗੁੰਦੇ ਹੋਏ ਸਰੀਰਾਂ ਨੂੰ ਸਰੀਰ ਵੀ ਗੁੰਦੇ ਫੁਰਤੀਆਂ ਨਾਲ ਭਰੇ ਹੋਏ ਗੱਭਰੂ ਲਾਓ ਸਾਹਮਣੇ ਵਕੀਲ ਪਿੰਡ ਦੀ ਧਰਤੀ ਦਾ ਸੁਖਾ ਕਹਿੰਦੇ ਵੀ ਨਿਆਉ ਕੇ ਗਿੱਟਾ ਲਾਉਣ ਦੀ ਕੋਸ਼ਿਸ਼ ਕਰਦਾ ਚੱਲ ਵੀ ਨਾ ਜਾਂਦਾ ਅਗਲੀ ਕਬੱਡੀ ਧਰਮਿੰਦਰ ਦੀ ਬਾਪੂ ਨਰਸਿੰਘ ਦੇ ਤੋਤੇ ਦੀ ਚੱਲ ਵੀ ਨਾ ਜਾਂਦਾ ਕਿ ਗੋਡੀ ਸਤਨਾਮ ਦੀ ਅੰਮ੍ਰਿਤ ਚੜੀ ਮਿੱਤਰੋ ਗੋਰੇ ਮਰੂਰ ਦਾ ਜਫਾ ਵੀ ਬਹੁਤ ਪਿਆਰਾ ਉਸਦੇ ਬੰਨੇ ਬੜਿੰਗ ਪਿੰਡ ਦੀ ਧਰਤੀ ਦੇ ਸੱਤੇ ਨੇ ਫੇਰ ਕਹਿੰਦੇ ਵੀ ਮੋਟੇ ਪੱਟਾਂ ਨੂੰ ਖਿੱਚ ਮਾਰਦੀ ਹੈ ਤੇ ਪੁਆਂ ਜਿਹੜਾ ਜੁੜਿਆ ਚੋਲਾ ਸਾਹਿਬ ਦੀ ਟੀਮ ਦੇ ਹਿੱਸੇ 500 ਰੁਪਇਆ ਨਵਤੇਜ ਬਰਾੜ ਜੀ ਮਾਸੀ ਬੋਗਰਾ ਜਿਨ੍ਹਾਂ ਨੇ ਅੱਜ ਮਾਨ ਸਨਮਾਨ ਵਧੇ ਦੇਣੇ ਹੈ ਚੱਲ ਉਹ ਮੱਖਣਾ ਬਾਅਦ ਕਬੱਡੀ ਨਾ ਜਾਂਦਾ ਅਗਲੀ ਕਬੱਡੀ ਮੱਖਣ ਦੀ ਇੱਥੇ ਲੱਗਦੀ ਹੈ ਜਾਨ ਪੰਜਾਬੀ ਵੀਰਿਓ ਇੱਥੇ ਕਹਿੰਦੇ ਵੀ ਜਾਨ ਖੇਲਣੀ ਪੈਂਦੀ ਹੈ ਯਾਰਾਂ ਦੀ ਯਾਰੀ ਤੋਂ ਉਧਰਲੇ ਬੰਨੇ ਦੇਖਦੇ ਵੀ ਕਬੱਡੀ ਮੱਖਣ ਦੀ ਜਨੇਦਪੁਰੀਆ ਵੀ ਪੂਰਾ ਤਿਆਰ ਬਰ ਤਿਆਰ ਖੜਾ ਕੌਣ ਗੱਭਰੂ ਅੱਜ ਦੇਖਣਗੇ ਵੀ ਬਣਦੇ ਦਰਿਆ ਨੂੰ ਬੰਨ ਮਾਰਨ ਦੀ ਕੋਸ਼ਿਸ਼ ਕਰੇਗਾ ਇੱਕ ਬੰਨੇ ਵਕੀਲਾਂ ਦਾ ਸੋਨੀ ਇਹ ਬੱਲੇ ਬੱਲੇ ਹੋਈ ਪਈ ਇੱਥੇ ਰੱਖ ਨਹੀਂ ਰੀਸਾ ਹੱਥ ਪਿੱਛੇ ਪਰੇ ਹੋ ਸੁੱਖਿਆ ਸੁੱਖੇ ਅੱਗੋ ਪਾਸੇ ਵੀ ਅੱਗੋ ਪਾਸੇ ਨਵਤੇਜ ਬਰਾੜ ਜੀ 500 ਰੁਪਇਆ ਫੇਰ ਭੇਜਦੇ ਹੈ ਉਧਰਲੇ ਬੰਨੇ ਗੁਲਾਮੀ ਵਾਲੇ ਪਿੰਡ ਦੇ ਰੂਪੇ ਦੀ ਫੇਰ ਕਬੱਡੀ ਤੱਕੀਏ ਖੇਡ ਮੈਦਾਨ ਵਿੱਚ ਭਾਜੜਾਂ ਦੀਆਂ ਪਈਆਂ ਪਈਆਂ ਲਾਓ ਉਧਰਲੇ ਬੰਨੇ ਚੋਲਾ ਸਾਹਿਬ ਦੀ ਧਰਤੀ ਦੇ ਅਰਸ਼ ਦੀ ਗੱਲ ਫੇਰ ਹੋ ਗਈ ਹੈ ਉਧਰਲੇ ਬੰਨੇ ਜੂਝਦਾ ਸੁਖਮਣ ਲਹਿਰਾ ਤੇ ਪੁਆਇੰਟ ਸੁਖਮਣ ਦੇ 2000 ਕਰ ਲਓ ਜੀ ਸੁਖਮਣ ਦੀ ਕਬੱਡੀ ਤੇ 2000 ਤੇ 500 ਰੁਪਇਆ ਨਵਤੇਜ ਬਰਾੜ ਜੀ ਮਾਸੀ ਗੁਗਰੇ ਵਾਲੇ ਚੋਲਾ ਸਾਹਿਬ ਦੇ ਅਰਸ਼ ਲਈ ਤੇ 2000 ਦੀ ਕਬੱਡੀ ਨਵਤੇਜ ਬਰਾੜ ਜੀ ਕਹਿੰਦੇ ਮਾਸੀ ਗੁਗਰੇ ਵਾਲੇ ਉਧਰਲੇ ਬੰਨੇ 2000 ਰੁਪਇਆ ਸੁੱਖਿਆ ਦਿੱਤਾ ਜਾਣਾ ਜਿਹੜਾ ਇਸ ਖਿਡਾਰੀ ਨੂੰ ਜੱਫਾ ਲਾ ਦੇਵੇ ਪੂਰੇ 200 ਦੀ ਕਬੱਡੀ ਇੱਕ ਬੰਨੇ ਜਨੇਦਪੁਰੀਆ ਇੱਥੇ ਰੱਖ ਹੈ ਆ ਜਾਂਦਾ ਨੱਚਦਾ ਇਸ਼ਾਰਾ ਕਰਦਾ ਗੱਭਰੂ ਜੁਗ ਜੁਗ ਜੀਨ ਬਾਪੂ ਦੀ ਹਵੇਲੀ ਵਿੱਚ 7 ਮੱਝਾਂ ਬੋਰੀਆਂ ਕਿ ਚਾਟੀ ਚ ਮਦਾਣੀ ਬੰਦੀ ਆਪਣੀ ਕੁੱਟ ਚੋਰੀਆਂ ਉਧਰਲੇ ਬੰਨੇ ਕਬੱਡੀ ਦਗੋਰਮਣ ਦੇ ਧਰਮਿੰਦਰ ਦੀ ਹੈ ਖੇਡ ਮੈਦਾਨ ਵਿੱਚ ਪੈਂਦੀ ਹੋਈ ਆਓ ਬੜਿੰਗ ਪਿੰਡ ਵਾਲਾ ਫੇਰ ਇਹ ਬੱਲੇ 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 ਹੋਈ ਪਈ ਆ ਨਹੀਂ ਰੀਸਾ ਕਿ ਟੁੱਟੀ ਮੰਜੀ ਵਾਰ ਪੁਰਾਣਾ ਵਿੱਚ ਦੀ ਦੀਂਦੇ ਤਾਰੇ ਕਿ ਵਸਣਾ ਗਿਆਨੀ ਦੇ ਭਾਵੇਂ ਬੋਗ ਸੜੇ ਲੱਤ ਮਾਰੇ ਆਓ ਬੜਿੰਗ ਪਿੰਡ ਦੀ ਧਰਤੀ ਦਾ ਸੱਤਾ ਸੱਤਾ ਕਹਿੰਦੇ ਵੀ ਰਾਜਾ ਸਾਹਿਬ ਸਿੰਘ ਏਅਰਪੋਰਟ ਤੋਂ ਉਡਾਣ ਭਰੀ ਤੇ ਦੁਬਈ ਦੇ ਸ਼ਾਰਜਾ ਸ਼ਹਿਰ ਧੁੰਮਾ ਪਾਇਆ ਹਾਂਜੀ 500 ਰੁਪਇਆ ਸਾਡੇ ਨਵਤੇਜ ਬਰਾੜ ਜੀ ਮਾਸੀ ਬੋਗਰਾ ਅੱਜ ਨੋਟਾਂ ਦਾ ਮੀਂਹ ਵਧਾਈ ਜਾਂਦੇ ਆ ਮੈਨੂੰ ਸੁਪਨਾ ਆਇਆ ਵੇ ਸੁਪਨੇ ਵਿੱਚ ਤੂੰ ਗਿਆ ਨਾ ਫੜਿਆ ਤੇਰੇ ਤੋਂ ਸੁਖਣ ਦੇ ਸੱਚੀ ਮੀਂਹ ਨੋਟਾਂ ਦਾ ਵਰਿਆ ਕਬੱਡੀ ਚੰਬੇ ਦੇ ਰੇਸ਼ਮ ਦੀ ਹੈ ਉਧਰਲੇ ਬੰਨੇ ਮਾਲਵੇ ਦੇ 4 ਜਿਹੜੇ ਜਾਫੀ ਮੰਨੇ ਪਰਮੰਨੇ ਖਿਡਾਰੀ ਮੇਰੇ ਵੀਰੋ ਖੇਡ ਮੈਦਾਨ ਵਿੱਚ ਦੇਖਾਂਗੇ ਵੀ ਕੌਣ ਕਹਿੰਦੇ ਵੀ ਹਵਾ ਵਾਂਗੂ ਡੱਕਣ ਦੀ ਕੋਸ਼ਿਸ਼ ਕਰੇਗਾ ਕਬੱਡੀ
ਕਿਸਮ ਦੀ ਉਧਰਲੇ ਬੰਨੇ ਫੈਸਲਾ ਬਿਲਕੁਲ ਰੇਡਰ ਦਾ ਪੁਆਇੰਟ ਦੇ ਵਿੱਚ ਚੋਲਾ ਸਾਹਿਬ ਦੀ ਟੀਮ ਦਾ ਔਰ ਜੋਗੇ ਵਾਲਾ ਪਿੰਡ ਉਹ ਵੀ ਟੀਮ ਜਿਹੜੀ ਤਿਆਰ ਹੋ ਕੇ ਖੇਡ ਮੈਦਾਨ ਦੇ ਵਿੱਚ ਪੁੱਜ ਜਾਵੇ ਦਰਸ਼ਕ ਵੀਰ ਵੀ ਨੱਚਦੇ ਆ ਲੈਂਦੇ ਆ ਨਜ਼ਾਰਾ ਇਹਨਾਂ ਮੈਚਾਂ ਦਾ ਪਿੱਛੇ ਆਉਂਦੇ ਵੀ ਸਪੋਰ ਖਿਡਾਰੀ ਸਪੋਰ ਖਿਡਾਰੀ ਚੋਲੇ ਦੇ ਬੇਨਤੀ ਕਰਾਂਗਾ ਵੀ ਪਿੱਛੇ ਹੋ ਜਾਓ ਹਰ ਜੋ ਪਿੱਛੇ ਮੇਰੀ ਬੇਨਤੀ ਹੈ ਤੇ ਉਧਰਲੇ ਬੰਨੇ ਪੁਆਇੰਟ ਜਿਹੜਾ ਫੇਰ ਆ ਨੱਚਦਾ ਮਾਝੇ ਦਾ ਮਜ਼ਾਲ ਇਹ ਗੱਭਰੂ ਖੇਡ ਮੈਦਾਨ ਵਿੱਚ ਚੱਲ ਵੀ ਨੌਜਵਾਨ ਨਾਲ ਪਾ ਕਬੱਡੀ ਉਧਰਲੇ ਬੰਨੇ 2000 ਰੁਪਏ ਦੀ ਕਬੱਡੀ ਸੁੱਖਿਆ ਨੌਜਵਾਨਾਂ ਜੇ ਜੱਫਾ ਲਾ ਦੇਣਾ ਪੂਰਾ 2000 ਨਵਤੇਜ ਬਰਾੜ ਜੀ ਕਿੰਨਾ ਜੀ ਉਧਰਲੇ ਬੰਨੇ 500 ਰੁਪਇਆ ਫੇਰ ਦਿੱਤਾ ਕਹਿੰਦੇ ਵੀ ਨੌਜਵਾਨ ਜਾਫੀ ਅਰਸ਼ ਲਈ ਚੱਲ ਉਸ ਚੋਲੇ ਵਾਲਿਆ ਬੱਲੇ ਬੱਲੇ ਕਰਵਾਉਂਦਾ ਸੁਖਮਣ ਜਿੱਥੇ ਜਾਂਦਾ ਏ ਉਧਰਲੇ ਬੰਨੇ ਦੇਖੋ ਮੇਰੇ ਵੀਰਿਓ ਜਮੇਤਪੁਰੀਆ ਡੱਕਣ ਦੀ ਕੋਸ਼ਿਸ਼ ਕਰਦਾ ਪਰ ਜਫਾ ਨਹੀਂ ਲੱਗਾ ਕਿ ਬੱਲੇ ਬੱਲੇ ਕਰਵਾਉਂਦਾ ਸੁਖਮਣ ਜਿੱਥੇ ਜਾਂਦਾ ਏ ਕਿ ਚੋਲਾ ਸਾਹਿਬ ਦਾ ਗੱਭਰੂ ਜਫਾ ਟਾਮਾ ਖਾਂਦਾ ਏ ਉਹ ਟਾਮਾ ਜਾਂ ਜਫਾ ਲੱਗਦਾ ਅਗਲੀ ਕਬੱਡੀ ਫਰੀਦਕੋਟੀਏ ਗੱਭਰੂ ਦੀ ਹੈ 500 ਹਾਂਜੀ ਬੇਫਿਕਰ ਹੋ ਜੀ ਆਓ ਫੇਰ ਦੇਖੋ ਮੇਰੇ ਵੀਰਿਓ ਕਹਿੰਦੇ ਵੀ ਗੱਡਾ ਡਈਆਂ ਤੇ ਕਰਨ ਦੀ ਕੋਸ਼ਿਸ਼ ਹੋ ਗਈ ਹੈ ਔਰ ਫੈਸਲਾ ਕੀ ਹੈ ਪੁਆਇੰਟ ਪੁਆਇੰਟ ਕੀ ਦਾ ਦੱਸੋ ਜੀ ਮੇਰ ਜੀ ਔਰ ਫੈਸਲੇ ਅਟਲ ਤੇ ਅਨਮ ਔਰ ਇਸ਼ਾਰਾ ਕਰ ਦੋ ਜੀ ਗੁਰਜੀਤ ਜੀ ਪੁਆਇੰਟ ਕੀ ਦਾ ਕਿਰਪਾ ਕਰਕੇ ਦੱਸੋ ਪੁਆਇੰਟ ਚੋਲਾ ਸਾਹਿਬ ਦਾ ਬੜੀ ਮਿਹਰਬਾਨੀ 500 ਰੁਪਇਆ ਗੁਰਤੇਜ ਮਾਸ਼ੀ ਮੁਗਰਾ ਜੀ ਸਾਡੀ ਜ਼ਿੰਦਗੀ ਦੇ ਸਤਿਕਾਰਯੋਗ ਮਿੱਤਰ ਹੈ ਉਧਰਲੇ ਬੰਨੇ ਨੋਟਾਂ ਦਾ ਮੀਂਹ ਵਧਾਈ ਜਾਂਦੇ ਆ ਲੱਖਾਂ ਰੁਪਇਆ ਇਸ ਟੂਰਨਾਮੈਂਟ ਤੇ ਖਰਚ ਕਰਦੇ ਆ ਆਪਣੇ ਮਿੱਤਰਾਂ ਨਾਲ ਮਿਲ ਕਬੱਡੀ ਚੰਬੇ ਦੇ ਰੇਸ਼ਮ ਦੀ ਲਾਓ ਸਾਹਮਣੇ ਕਾਣ ਗੱਪੂ ਇੱਕ ਬੰਨੇ ਬੋਪਾ ਰਾਏ ਦਾ ਪੋਤਾ ਹੈ ਕਹਿੰਦੇ ਵੀ ਆਹ ਗੱਭਰੂ ਨੱਚਦਾ ਜਾਂਦਾ ਹੈ ਖੇਡ ਮੈਦਾਨ ਦੀਆਂ ਵੱਖਰੀਆਂ ਗੱਲਾਂ ਤੇ ਮੈਚ ਜ਼ੋਰਦਾਰ ਤਾੜੀ ਮਾਰ ਦਿਓ ਉਸ ਵੀਰੋ ਪਰ ਨਵਤੇਜ ਬਰਾੜ ਜੀ 500 ਰੁਪਏ ਦੇ ਮਾਨ ਸਨਮਾਨ ਦਰਸ਼ਕ ਵੀਰੋ ਜਾਇਓ ਨਾ ਹੁਣ ਮਾਝੇ ਨੇ ਮਾਝੇ ਨਾਲ ਸਾਹਮਣੋ ਸਾਹਮਣੀ ਹੋਣਾ ਇੱਕ ਬੰਨੇ ਚੋਲੇ ਦਾ ਸੁਖਮਨ ਤੇ ਫਰੰਦੀਪੁਰ ਜਾਂ ਗੋਪੀ ਗੱਲਾਂ ਕੀ ਹੋਣਗੀਆਂ 13 ਪੁਆਇੰਟ ਜਿਹੜੇ ਚੋਲਾ ਸਾਹਿਬ ਦੇ 4.5 ਪੁਆਇੰਟ ਇਹ ਵਕੀਲਾਂ ਦੇ ਆ ਜੀ ਆਹਮੋ ਸਾਹਮਣੇ ਹੁਣ ਕੀਨੇ ਹੋਣਾ ਮਾਝੇ ਦੀਆਂ ਦੋਵੇਂ ਟੀਮਾਂ ਔਰ ਮੈਂ ਬੇਨਤੀ ਕਰਾਂਗਾ ਆਹ ਪੈਸੇ ਜਿਹੜੇ ਲੈ ਜਾਓ ਗੁਰਤੇਜ ਸਿੰਘ ਜੀ ਬਰਾੜ ਸਾਹਿਬ ਮਾਛੀ ਬੁਗਰੇ ਵਾਲੇ ਇਹ ਜਿਹੜੇ ਸਾਰੇ ਮਾਨ ਸਨਮਾਨ ਹੈ ਚੋਲਾ ਸਾਹਿਬ ਦਾ ਸੁਖਮਨ 2000 ਰੁਪਇਆ ਉਸ ਵੀਰ ਲਈ ਆ ਜੀ ਆ 2000 ਹੋਰ ਲੈ ਲਓ ਤੇ ਨਵਤੇਜ ਬਰਾੜ ਜੀ ਭੇਜਦੇ ਹੈ ਦੇਊਂਗਾ ਯਾਰ ਜਾਣਾ ਨੀ ਜੀ ਗਰਾਉਂਡ ਚੋਂ ਹੈਪੀ ਦਰਸ਼ਕ ਵੀਰੋ ਔਰ ਜੋਗੇ ਵਾਲੇ ਦੀ ਟੀਮ ਜਿਹੜੀ ਗਰਾਊਂਡ ਦੇ ਵਿੱਚ ਪੁੱਜ ਜਾਵੇ
ਦੱਸਾਂਗਾ ਵੀ ਚੋਲਾ ਸਾਹਿਬ ਦੇ ਸੁਖਮਨ ਨੂੰ ਕਹਿੰਦੇ ਵੀ ਮਾਝੇ ਦੇ ਪੂਰੇ ਸਿੰਘ ਵਿੱਚ ਕੋਈ ਜਫਾ ਕਾਮਾ ਲੱਗਾ, ਉਧਰਲੇ ਬੰਨੇ ਫੜਨ ਦੀ ਪੁਰੀਆਂ ਨੇ ਆਮੋ ਸਾਹਮਣੇ ਹੋਣਾ, ਕਹਿੰਦੇ ਵੀ ਮਾਝੇ ਵਿੱਚ ਦੋਹਾਂ ਖਿਡਾਰੀਆਂ ਦੀ ਉਧਰਲੇ ਬੰਨੇ ਪੂਰੀ ਚੜ੍ਹਤ ਹੈ। ਜੋਗੇ ਵੱਲ ਦੀ ਟੀਮ ਕੁਲਵੰਤ ਸਿੰਘ ਜੀ ਕੋਚ ਸਾਹਿਬ, ਮੈਂ ਬੇਨਤੀ ਕਰਦਾ ਸਤਿਕਾਰਯੋਗ ਵੀਰ ਨੂੰ ਵੀ ਆਪਣੀ ਟੀਮ ਨੂੰ ਲੈ ਆਓ। ਹੁਣ ਜਿਹੜਾ ਦਰਸ਼ਕ ਵੀਰੋ ਮੋਟਰਸਾਈਕਲਾਂ ਦੇ ਫੈਸਲੇ ਹੋਣੇ ਆ, ਦੋ ਜਿਹੜੇ ਮੋਟਰਸਾਈਕਲ ਸਪਲੈਂਡਰ ਦੇ ਉੱਤੇ ਜਾਣੇ ਆ ਹੀਰੋ ਕੰਪਨੀ ਦੇ, ਔਰ 81,000 ਤੇ 61,000 ਰੁਪਇਆ। ਹੈਲੋ ਜਲਦੀ ਨਾਲ ਜੋਗੇ ਵਾਲਾ ਤੇ ਚੋਲਾ ਸਾਹਿਬ ਜਿਹੜੇ ਵੀਰ ਨੇ ਬੈਠੇ ਉਹਨਾਂ ਦੀ ਯਾਫੀ ਕੱਢਣਾ। ਹਰਬਾਲ ਸਿੰਘ ਗਵਾਂਢ ਕਾਫੀ ਗਵਾਂਢ ਜਨਤਾ ਔਰ ਬਡੋਲ ਵਾਲਾ ਦੋ ਤਿੰਨ ਵਾਲੇ ਖੜ ਦੋ ਬਾਈ ਨਾਲ ਦਰਸ਼ਕੀਰੋ ਜਾਇਓ ਨਾ, ਆ ਜਿਹੜਾ ਮੈਚ ਸਾਰੇ ਮੈਚਾਂ ਦਾ ਤਕੜਾ ਹੋਣਾ, ਜਿੰਨੇ ਮੈਚ ਤੁਸੀਂ ਦੇਖ ਚੁੱਕੇ ਹੋ ਕਹਿੰਦੇ ਵੀ ਪਹਿਲਾ ਰਾਉਂਡ ਲਾ ਰਿਹਾ ਕੋਈ ਦੂਜਾ ਧਾਤਮ ਤੱਕ ਦੇ ਵਿੱਚ, ਆਹ ਤੀਜੇ ਮੈਚ ਦੇ ਵਿੱਚ ਕਦੇ ਮੈਚ ਦੇਖਣ ਯੋਗ ਹੋ ਜਾਂਦੇ ਆ, ਦੁੱਧ ਵਿੱਚ ਮੱਖਣ ਬਣ ਗਿਆ, ਇਦੋਂ ਬਾਅਦ ਭਾਂਡੇ ਪੈ ਜਾਣਾ। ਇਹ ਦੇਖ ਕੇ ਜਾਇਓ ਦਰਸ਼ਕੀਰੋ ਮੈਚ ਬਹੁਤ ਹੀ ਤਕੜਾ, ਦੋਵੇਂ ਜਿਹੜੀਆਂ ਟੀਮਾਂ ਪੰਜਾਬ ਦੀਆਂ ਮੰਨੀਆਂ ਪ੍ਰਬੰਧੀਆਂ ਟੀਮਾਂ, ਅਸੀਂ ਦੂਸਰੀਆਂ ਟੀਮਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਹੜੀਆਂ ਟੀਮਾਂ ਮੈਚ ਲਾ ਚੁੱਕੀਆਂ, ਔਰ ਸਾਰੇ ਖਿਡਾਰੀ ਵੀਰਾਂ ਦਾ। ਜਲਦੀ ਨਾਲ ਜਿਹੜੀ ਟੀਮ ਚੋਲਾ ਸਾਹਿਬ ਤੇ ਜੋਗੇ ਵਾਲਾ ਜੀ ਦੋਵੇਂ ਜਿਹੜੀਆਂ ਟੀਮਾਂ ਗਰਾਊਂਡ ਦੇ ਵਿੱਚ ਪੁੱਜੀਆਂ, ਬੂਟਾ ਸਿੰਘ ਜੀ ਉਹ ਸਾਡੇ ਵੀਰਾਂ ਨੈਟ ਦਾ ਕੰਮ ਆ ਜੀ, 40-40 ਪੁਆਇੰਟ ਖੇਡਦੀਆਂ ਟੀਮਾਂ ਮੱਝ ਵਿੱਚ ਭਲੰਬਾ ਤੋਂ ਦੇ ਦਿਓ, ਕੋਈ ਗੱਲ ਨਹੀਂ। ਦੋਵੇਂ ਟੀਮਾਂ ਗਰਾਊਂਡ ਦੇ ਵਿੱਚ ਆਓ ਜੀ ਜਲਦੀ ਨਾਲ। ਬੇਨਤੀ ਕਰਦਾ ਵੀ ਚੋਲਾ ਸਾਹਿਬ ਤੇ ਜੋਗੇ ਵਾਲਾ ਜੀ ਕਲਾਸਨੀ ਕੋਚ ਗਗਨ ਹੁਰਨ ਲੱਗੇ ਗਰਾਊਂਡ ਦੇ ਵਿੱਚ ਪੁੱਜ ਜਾਵੇ, ਸੁਖਮਨ ਚੋਲੇ ਦਾ ਲੰਗੋਟਾ ਢਿੱਲਾ ਕਰਕੇ ਫੇਰ ਕੱਸ ਲਵੇ, ਤੇ ਜਲਦੀ ਨਾਲ ਮੇਰੀ ਬੇਨਤੀ ਗਰਾਊਂਡ ਦੇ ਵਿੱਚ ਆਓ। ਔਰ ਬਹੁਤ ਮਿਹਰਬਾਨੀ, ਇਹ ਦੁਨੀਆ ਮਨਾਉਣੀ ਪੈਂਦੀ ਹੈ, ਜੇ ਮੈਚਾਂ ਦਾ ਸਵਾਦ ਆ ਗਿਆ ਜ਼ੋਰ ਦਾ ਤਾੜਾ ਮਾਰ ਦਿਓ ਦਰਸ਼ਵੀਰੋ। ਹਾਂ ਇੱਥੋਂ ਪਤਾ ਲੱਗਦਾ ਵੀ ਵਾਕਈ ਦਰਸ਼ਵੀਰ ਕਹੋਗੇ ਜੇ ਮੇਲੇ 'ਚ ਮੈਚ ਮਾੜੇ ਹੁੰਦੇ ਉਹਨੂੰ ਘਰਾਂ ਨੂੰ ਪਹੁੰਚੇ ਹੁੰਦੇ, ਅਜੇ ਨਜ਼ਾਰਾ ਆ ਗਿਆ ਕਬੱਡੀ ਦੇ ਮੈਚ ਦੇਖਣ ਦਾ ਤੇ ਕਰਵਾਉਣ ਦਾ।
ਤੇ ਖਿਡਾਰੀਆਂ ਨੂੰ ਖੇਡ ਹੁੰਦਾ। ਦੋ ਮੋਟਰਸਾਈਕਲਾਂ ਦਾ ਜਿਹੜਾ ਕਹਿੰਦਾ ਵੀ ਸਮਾਂ ਆ ਗਿਆ ਵੀ ਕਿਸ ਖਿਡਾਰੀ ਨੇ ਮੋਟਰਸਾਈਕਲ ਜਿੱਤਣਾ, ਇੱਕ ਜਾਫੀ ਇੱਕ ਰੇਡਰ ਹੋਵੇਗਾ। ਸਮੇਂ ਦੇ ਨਾਲ ਆਪਾਂ ਚੱਲਾਂਗੇ ਵਰਤਮਾਨ ਦੇ ਨਾਲ। ਔਰ ਡੀ ਐਸ ਸਾਡੇ ਸਕਿਉਰਟੀ ਗਾਰਡ ਵਾਲੇ ਦਲਜੀਤ ਸਿੰਘ ਹੋਰਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ। ਔਰ ਹਾਂਡਾ ਸਾਂਡ ਪੰਜਾਬ ਲਾਈਵ ਨੰਬਰ 1 ਦਾ ਵੀ ਅਸੀਂ ਧੰਨਵਾਦ ਕਰਦੇ ਹਾਂ। ਚੋਲਾ ਸਾਹਿਬ ਤੇ ਜੋਗੇ ਵਾਲਾ ਜੀ, ਹਾਂਜੀ ਬਲਦੇਵ ਸਿੰਘ ਜੀ ਬਰਾੜ ਸਾਹਿਬ ਧੰਨਵਾਦ ਕਰਦੇ ਉਹਨਾਂ ਵੀਰਾਂ ਦਾ ਵੀ, ਜਗਮੋਹਨ ਸਿੰਘ ਜੀ ਸਰਪੰਚ ਸਾਹਿਬ, ਯਾਦਵਿੰਦਰ ਸਿੰਘ ਜੀ ਜੋ ਖਜ਼ਾਨਾ ਮੰਤਰੀ ਹੈ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ। ਸਾਡਾ ਵੀਰ ਸੁੱਖਾ ਬਰਾੜ ਜੀ, ਸੁਖਪ੍ਰੀਤ ਭਲਵਾਨ ਜੀ, ਸਾਡੇ ਜੰਟੇ ਹੋਰੀ ਵੀਰ, ਸਾਰਿਆਂ ਦੀ ਪੂਰੀ ਜਿਹੜੀ ਟੂਰਨਾਮੈਂਟ ਕਮੇਟੀ ਹੈ, ਸਾਡਾ ਵੀਰ ਧੰਨਾ ਬਰਾੜ ਜੀ, ਔਰ ਜਿੰਨੇ ਵੀ ਸਤਿਕਾਰਯੋਗ ਵੀਰ ਹੈ ਸਾਰਿਆਂ ਦਾ ਧੰਨਵਾਦ। ਹਰਬੰਸ ਬਰਾੜ ਜੀ ਜਿਨ੍ਹਾਂ ਦੀ ਬਹੁਤ ਵੱਡੀ ਦੇਣ ਹੈ ਇਸ ਕਬੱਡੀ ਟੂਰਨਾਮੈਂਟ ਨੂੰ। ਜਲਦੀ ਨਾਲ ਜਿਹੜੀ ਟੀਮ ਜੋਗੇਵਾਲ ਤੇ ਚੋਲਾ ਸਾਹਿਬ ਜੀ, ਕੁਲਵੰਤ ਜੀ ਮਿਹਰਬਾਨੀ ਹੈ ਭਰਾ ਜੀ, ਟੀਮ ਨੂੰ ਲੱਗੇ ਗਰਾਊਂਡ ਦੇ ਵਿੱਚ ਆ ਜਾਓ। ਹੱਥ ਬੰਨ ਕੇ ਬੇਨਤੀ ਹੈ, ਸਾਡਾ ਕੁਲਵੰਤ ਕੋਚ ਜਿਹਨੇ ਮਹੂ ਏਰੀਏ ਵਿੱਚ ਕਬੱਡੀ ਦਾ ਬੂਟਾ ਲਾਇਆ ਉਹਨਾਂ ਦੀ ਟੀਮ ਹੈ। ਇੱਕ ਬੰਨੇ ਚੋਲਾ ਸਾਹਿਬ, ਪੰਜਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਦੀ ਚਰਨ ਛੋਹ ਪ੍ਰਾਪਤ ਧਰਤੀ, ਅੱਜ ਸ਼ਹੀਦ ਬਾਬਾ ਦੀਪ ਸਿੰਘ ਜੀ ਯਾਦਗਾਰੀ ਕਬੱਡੀ ਦਾ ਟੂਰਨਾਮੈਂਟ ਇਸੇ ਮੈਚ ਨਾਲ ਸਮਾਪਤੀ ਵੱਲ ਵੱਧ ਜਾਣਾ, ਆਉਂਦੇ ਸਾਲ ਦੀ ਫਿਰ ਉਡੀਕ ਹੋਵੇਗੀ। ਸਰਦਾਰ ਗੁਰਤੇਜ ਸਿੰਘ ਜੀ ਬਰਾੜ ਸਾਹਿਬ ਕਿਹਨੂੰ ਮੋਟਰਸਾਈਕਲ ਦੇਣਗੇ, ਆਉਂਦੇ ਸਾਲ ਆਪਾਂ ਇੰਤਜ਼ਾਰ ਕਰਾਂਗੇ। ਔਰ ਦੋਵੇਂ ਟੀਮਾਂ ਜਿਹੜੀਆਂ ਗਰਾਊਂਡ ਦੇ ਵਿੱਚ ਪੁੱਜਣ, ਕੁਲਵੰਤ ਜੀ ਬਾਰ ਬਾਰ ਬੇਨਤੀ ਨਾ ਕਰਾਓ। ਜੋਗੇ ਵਾਲਾ ਦੇਖੋ ਲੋਕ ਜਿਹੜੇ ਦਰਸ਼ਕ ਵੀਰ ਖੜੇ ਆ ਕੋਠਿਆਂ ਤੇ, ਕਹਿੰਦੇ ਵੀ ਬਹੁਤ ਵੱਡਾ ਅੱਜ ਇਕੱਠ ਮੈਂ ਪੂਰਾ ਦਿਨ ਦੇਖਿਆ, ਔਰ ਮੇਲਾ ਮੇਲਾ ਕਰਦੀ ਮੇਲਣੇ ਮੇਲਾ ਭਰੂ ਬਥੇਰਾ, ਔਰ ਕੀ ਨਿਆਣਾ ਕੀ ਸਿਆਣਾ ਮਿੱਤਰੋ ਭਰਿਆ ਪਿਆ ਬਨੇਰਾ। ਇੱਕ ਮਿੰਟ ਸੱਦਦੇ ਵੀਰ, ਚੋਲਾ ਸਾਹਿਬ ਦੀ ਟੀਮ ਤੇ ਜੋਗੇ ਵਾਲਾ ਕਿੱਥੇ ਆ ਜੀ? ਕੁਲਵੰਤ ਇੰਨੀਆਂ ਬੇਨਤੀਆਂ ਭਰਾ ਜੀ ਚੰਗੀਆਂ ਨਹੀਂ, ਕਿਉਂਕਿ ਤੁਹਾਨੂੰ ਬਾਈ ਮਿਲੀ ਹੈ, ਤੁਹਾਡੀ ਟੀਮ ਤਾਂ ਪਹਿਲਾਂ ਗਰਾਊਂਡ ਦੇ ਵਿੱਚ ਆਉਣੀ ਚਾਹੀਦੀ ਸੀ, ਚੋਲੇ ਦੀ ਟੀਮ ਤਾਂ ਹੁਣ ਮੈਚ ਖੇਡ ਕੇ ਗਈ ਹੈ। ਰੈਫਰੀ ਵੀਰ ਆਪਣੇ ਮਾਨ ਸਨਮਾਨ ਲੈਣ ਜੀ ਜਲਦੀ ਨਾਲ ਸਾਰੇ ਰੈਫਰੀ। ਜੋਗੇਵਾਲ ਤੇ ਚੋਲਾ ਸਾਹਿਬ ਜੀ, ਇੰਨਾ ਮੇਰਾ ਜ਼ੋਰ ਜਿਹੜਾ ਅਗਲੇ ਮੈਚ ਵਿੱਚ ਨਹੀਂ ਲੱਗਣਾ ਜਿੰਨਾ ਬਾਜਾ ਮਾਰਦਾ ਲੱਗਿਆ। ਕੁਲਵੰਤ ਜੀ ਬੇਨਤੀ ਨੂੰ ਮੰਨ ਲਓ, ਬਹੁਤ ਮਿਹਰਬਾਨੀ। ਉਹ ਰਹਿੰਦਾ ਕਮੇਟੀ ਮੈਂਬਰ ਵੀ ਗਰਾਊਂਡ ਦਵਾਉਂਦਾ ਬਾਈ, ਜਿਹੜੇ ਗਾਹ ਬਾਹਰ ਅੰਦਰ ਵਰਦੇ ਵੀ ਗਰਾਊਂਡ ਪਾਇਓ। ਦੀਸ਼ਾ ਢਿਲਮਾ ਖੁਰਦ ਵਾਲਾ ਜਿੰਨੇ ਵੀ ਵੀਰ ਢਿਲਮਾ ਖੁਰਦ ਇੱਥੇ ਆਏ ਹੈ, ਆ ਬਜ਼ੁਰਗ ਨੂੰ ਮਿਲ ਲੈਣ ਜੀ, ਬਜ਼ੁਰਗ ਜੀ ਉੱਥੇ ਚਲੇ ਜਾਓ, ਉੱਥੇ ਖੜ ਜਾਓ, ਤੁਹਾਨੂੰ ਉੱਥੇ ਆ ਕੇ ਮਿਲਣਗੇ। ਹਾਂਜੀ ਠੀਕ ਹੈ, ਜੋਗੇ ਵਾਲੇ ਦੀ ਟੀਮ ਜੀ ਗਰਾਊਂਡ ਦੇ ਵਿੱਚ ਆਵੇ। ਜੋਗੇ ਵਾਲਾ ਤੇ ਚੋਲਾ ਸਾਹਿਬ ਇੱਕ ਮਿੰਟਾਂ ਜੀ ਕੁਲਵੰਤ ਜੀ ਬਾਅਦ ਵਿੱਚ ਨਾ ਕਿਹੋ, ਆ ਦਰਸ਼ਕ ਵੀਰ ਯਾਰ ਰੌਲਾ ਪਾਈ ਜਾਂਦੇ ਆ, ਇਹਨਾਂ ਨੇ ਵੀ ਘਰੋ ਘਰੀ ਜਾਣਾ। ਬੇਨਤੀ ਆ ਵੀ ਜੋਗੇਵਾਲ ਤੇ ਚੋਲਾ ਸਾਹਿਬ ਕਿਉਂ ਨੀ ਸੁਣਦੇ? ਸੇਫ ਸਟੂਡੀਓ ਸੀ, ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਕੁਲਵੰਤ ਜੀ ਹੱਥ ਬੰਨ ਕੇ ਬੇਨਤੀ ਆ ਭਰਾਵਾ,
ਰਣਜੀਤ ਸਿੰਘ ਜੀ ਦਾਲੀ ਮਾਨ ਸਨਮਾਨ ਲੈ ਲਵੇ। ਕੁਲਵੰਤ ਜੀ ਕਿਰਪਾ ਕਰਕੇ ਆਉਣ ਦੇ ਅੱਗੇ ਨਗਰ ਦੇ ਖਿਡਾਰੀਆਂ ਨੂੰ। ਚੋਲਾ ਸਾਹਿਬ ਆਓ ਜੀ, ਚੋਲਾ ਸਾਹਿਬ ਆ ਕਿਹੜੀ ਟੀਮ ਆਉਂਦੀ ਅੱਗੇ ਨਗਰ ਦੇ ਜੀ, ਮਿਹਰਬਾਨੀ ਸਕਿਉਰਿਟੀ ਵਾਲਿਓ, ਮਸਾ ਖਿਡਾਰੀ ਆ ਇਹਨਾਂ ਨੂੰ ਅੱਗੇ ਆਉਣ ਦੇ ਯਾਰ, ਜਲਦੀ ਨਾਲ ਟੀਮ ਜੋਗੇ ਵਾਲੇ ਦੀ। ਕੁਲਵੰਤੀ ਯਾਰ ਮੈਂ ਤੈਨੂੰ ਕਹਿਣਾ, ਖਿਡਾਰੀਆਂ ਨੂੰ ਤਾਂ ਕਹਿ ਨਹੀਂ ਸਕਦਾ ਕਿਉਂਕਿ ਤੂੰ ਉਸ ਟੀਮ ਦਾ, ਆਹ ਕਿਹੜੀ ਟੀਮ। ਚੋਲਾ ਸਾਹਿਬ ਤਾੜੀਆਂ ਮਾਰ ਦੋ ਯਾਰ, ਲਾਟ ਮਾਰ ਰਹਿਣਾ ਸਕਿਉਰਿਟੀ ਵਾਲਿਆਂ ਨੂੰ ਬੋਲਦੇ ਯਾਰ, ਬਾਹਰ ਜਾਂਦਾ ਜਰਾ ਮੇਰਾ ਵੀਰ, ਪਰਮਾਤਮਾ ਦੀ ਵੇਰ ਆ ਇਹ ਸਹੀ ਖਿਡਾਰੀ ਦੀ ਨਿਸ਼ਾਨੀ। ਹੁਣ ਇਹ ਟੀਮ ਮੈਚ ਖੇਡ ਕੇ ਗਈ ਹੈ ਤੇ ਫਿਰ ਗਰਾਊਂਡ ਵਿੱਚ ਆ ਗਏ ਹੈ। ਇਹ ਕਹਿੰਦੇ ਵੀ ਦੋ ਦੋ ਚਾਰ ਚਾਰ ਕੌਡੀਆਂ ਨੀ, 20-20 40-40 ਕੌਡੀਆਂ ਦਾ ਮੈਚ ਡੇਲੀ ਖੇਡਦੇ ਹੈ। ਆ ਦੇਖੋ ਇਹਦਾ 2 ਮਿੰਟ ਕੁਲਵੰਤ ਜੀ, ਮਿਹਰਬਾਨੀ ਤੁਹਾਡੀ ਵੀ ਜੀ, ਬਹੁਤ ਧੰਨਵਾਦ ਹੈ। ਤੁਹਾਨੂੰ 22 ਮਿਲੀ ਸੀ, ਤੁਹਾਨੂੰ ਤਾਂ ਕਹਿਣ ਦੀ ਲੋੜ ਹੀ ਨਹੀਂ ਸੀ, ਬਹੁਤ ਮਿਹਰਬਾਨੀ। ਆਪ ਦੀ ਗਰਾਊਂਡ ਵਿੱਚ ਬੈਟ ਟ੍ਰੇਡਰ ਵੱਡੀ ਆਖੀ ਇਸੇ ਮੈਚ ਵਿੱਚੋਂ ਕੱਢਿਆ ਜਾਣਾ। ਉਧਰਲੇ ਬੰਨੇ ਗੋਪੀ ਜਨੇਰ ਜੀ ਆਪਣੇ ਮਿੱਤਰਾਂ ਨਾਲ ਕਬੱਡੀ ਦੇ ਨਜ਼ਾਰੇ ਲੈਂਦੇ ਆ। ਧੰਨਵਾਦ ਕਰਦੇ ਵੀਰ ਦਾ, ਕਬੱਡੀ ਦਾ ਬਹੁਤ ਤਕੜਾ ਟੂਰ ਆਪਣੇ ਪਿੰਡ ਕਰਾਉਂਦੇ ਆ। ਸ਼ੁਰੂ ਕਰਵਾ ਦਿਓ ਜੀ ਜਲਦੀ ਨਾਲ ਫਾਈਨਲ ਮੈਚ, ਸ਼ੁਰੂ ਕਰਵਾ ਦਿਓ ਜੀ ਕਿਰਪਾ ਕਰਕੇ। ਫਾਈਨਲ ਮੈਚ ਕਬੱਡੀ ਦਾ ਸ਼ੁਰੂ ਹੋਣ ਲੱਗਾ ਕੱਪ ਦਾ ਫੈਸਲਾ ਹੋਣ ਲੱਗੋ, ਜਾਂ ਫਿਰ ਅਰਨ ਦੇ ਮੂਹਰੇ ਪਹਾੜ ਬਣ ਕੇ ਧਾਵੀ ਨੱਸਣਗੇ ਬਾਂਦਰਾਂ ਪਾਉਣ ਲੱਗੋ।
ਮਾਰ ਦਿੱਤੀ ਆ ਕਿਸਨ ਸਾਡੇ ਰੈਫਰੀ ਦੇ, ਮਾਰ ਲੈਂਦਾ ਬਾਜੀ ਹੁਣ ਕੌਣ ਲੁਕੇ। ਹਾਂਜੀ ਜਿਹੜੇ ਸਪੇਅਰ ਖਿਡਾਰੀ ਹੈ ਜਾਂ ਵਾਧੂ ਵੀਰ ਹੈ ਉਹ ਗਰਾਊਂਡ ਕਲੀਅਰ ਕਰ ਦਿੰਦੀ। ਆ ਜਿਹੜੇ ਕਮੇਟੀ ਮੈਂਬਰ ਬਾਕੀ ਬਚਦੇ ਉਹ ਵੀ ਗਰਾਊਂਡ ਬਹੁਤ ਜਾਣਗੇ ਕਿਤੇ ਮੈਚ ਦਾ ਆਨੰਦ ਮਾਣਨ। ਸਾਰੇ ਕਮੇਟੀ ਮੈਂਬਰਾਂ ਨੂੰ ਬੇਨਤੀ ਗਰਾਊਂਡ ਤੇ ਜਾਓ ਤੇ ਮੈਚ ਦਾ ਆਨੰਦ ਮਾਣੋ। ਮੈਚ ਸ਼ੁਰੂ ਹੋਣ ਲੱਗਾ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਬਿਲਕੁਲ ਦੋ ਟੀਮਾਂ ਦੇ ਦਰਮਿਆਨ, ਦੋਵੇਂ ਜਿਹੜੀਆਂ ਟੀਮਾਂ ਪਾਸੇ ਮੰਨ ਲਓ ਤੇ ਆਪਾਂ ਥੋੜਾ ਸਾਈਡ ਤੇ ਚੱਲੀਏ ਬਲਦੇਵ ਸਿੰਘ ਬਰਾੜ ਸਾਹਿਬ, ਕਿਉਂਕਿ ਅਸੀਂ ਫਾਈਨਲ ਮੈਚ ਬੈਟ ਰੇਡਰ ਦਾ ਰਿਆਫੀ ਡਿਕਲੇਅਰ ਕਰਨਾ। ਮੈਚ ਸ਼ੁਰੂ ਕਰਾਓ ਜੀ ਜਲਦੀ ਨਾਲ। ਰਣਜੀਤ ਦੌਲੀ ਜੀ ਇਹਦੇ ਮੋਢੇ ਤੋਂ ਹੱਥ ਸੱਕੋ ਭਰਾ ਦੇ, ਦੋਵੇਂ ਟੀਮਾਂ ਪਾਸੇ ਮੰਨ ਲਓ ਜੀ ਜਲਦੀ ਨਾਲ। ਹੈਪੀ ਟਾਈਮ ਹੈ ਜੀ ਭਰਾਵਾ ਪੱਪੂ ਪਾਲੋ ਮੈਚ ਹੈਲੋ। ਦੋਵੇਂ ਟੀਮਾਂ ਯਾਰ ਪਾਸੇ ਮੰਨ ਲਓ, ਦੋਵੇਂ ਟੀਮਾਂ ਖਵਾਤੀ ਸੌ ਮੇਰੇ ਵੀਰੋ, ਜੇ ਤੁਹਾਨੂੰ ਸ਼ੱਕ ਹੋਇਆ ਤੁਸੀਂ ਤਾੜੀ ਮਾਰ ਦਿਓ, ਪੱਕੀ ਗੱਲ ਆ ਮੈਚ ਬਹੁਤ ਤਕੜਾ ਲੱਗਣਾ। ਠੀਕ ਆ ਨਾ, ਜੇ ਵਿੱਚੋਂ ਤੁਹਾਨੂੰ ਪਤਾ ਲੱਗਾ ਵੀ ਰਲ ਗਿਆ ਫਿਰ ਤਾੜੀ ਮਾਰਿਓ, ਔਰ ਮੈਚ ਬਹੁਤ ਤਕੜਾ ਹੋਣਾ ਕਿਉਂਕਿ ਦੋਵੇਂ ਟੀਮਾਂ ਪੰਜਾਬ ਦੀਆਂ ਮੰਨੀਆਂ ਪ੍ਰਮੰਨੀਆਂ ਟੀਮਾਂ। ਜੇ ਤੁਹਾਨੂੰ ਮਾਰਾ ਕੋਈ ਸ਼ੱਕ ਲੱਗਾ ਫਿਰ ਮਾਰ ਦਿਓ ਤਾੜੀ, ਕਿਉਂਕਿ ਸਾਹ ਖਾਲੀ ਆ ਦੋ ਟੀਮਾਂ ਨੇ। ਕਬੱਡੀ ਦਾ ਮੁਕਾਬਲਾ ਬਹੁਤ ਹੀ ਤਕੜਾ ਖੇਡ ਮੈਦਾਨ ਦੇ ਵਿੱਚ। ਸਾਡੇ ਵੀ ਮੁੰਡੇ ਸਾਡੇ ਵੀ ਮਾਰੋ ਜੀ ਵਿਸਲ ਦੇ, ਮੈਚ ਸ਼ੁਰੂ ਕਰਾ ਦਿਓ ਜੀ। ਬੇਫਿਕਰ ਹੋ ਜਾਓ ਜੀ, ਇੱਥੇ ਬਹਿ ਜਾਓ। ਔਰ ਅਸੀਂ ਟੱਚ ਤੇ ਜਫੇ ਤੇ ਕਬੱਡੀਆਂ ਗੇਮੀਆਂ ਜੀ ਨੋਟ ਕਰ ਲਓ, ਕਿੰਨੇ ਟੱਚ ਕਾਣ ਲਾਉਂਦਾ ਕਿੰਨੇ ਜਫੇ ਲਾਉਂਦਾ ਉਹ ਜਿਹੜੇ ਗਿਣੇ ਜਾਣੇ ਆ ਨੋਟ ਕਰ ਲਓ ਮੇਰੇ ਵੀਰ। ਔਰ ਕੋਈ ਨੀ ਆਪਾਂ ਪੁੱਛ ਲਿਆ ਕਰਾਂਗੇ, ਮਾੜੀ ਮੋਟੀ ਜੇ ਉਮੀਦ ਕੀ ਹੁੰਦੀ ਹੋਈ। ਬਾਈ ਜੀ ਹਨੇਰਾ ਰੈਫਰੀ ਵੀਰ ਕਹਿੰਦੇ ਵੀ ਕਿੰਤੂ ਪ੍ਰੰਤੂ ਨਹੀਂ ਕਰਨੀ, ਹੱਥ ਬੰਨ ਕੇ ਬੇਨਤੀ ਹੈ ਵੀ ਕਿੰਤੂ ਪ੍ਰੰਤੂ ਨਹੀਂ ਕਰਨੀ ਕਿਸੇ ਵੀ ਵੀਰ ਨੇ। ਔਰ ਕਬੱਡੀ ਦਾ ਮੁਕਾਬਲਾ ਸ਼ੁਰੂ ਹੋਣ ਲੱਗਾ, ਪਰਲੀ ਸਾਈਡ ਜਿਹੜੀ ਟੀਮ ਜੋਗੇ ਵਾਲੇ ਦੀ ਹੈ ਸਟੇਜ ਵਾਲੀ ਸਾਈਡ ਮੇਰੇ ਵੀਰਿਓ, ਇਹ ਜਿਹੜੀ ਕਬੱਡੀ ਪਹਿਲੀ ਜਿਹੜੀ ਪਵੇਗੀ ਕਿਸ ਨੌਜਵਾਨ ਖਿਡਾਰੀ ਦੀ ਹੋਵੇਗੀ, ਆਪਾਂ ਸਮੇਂ ਦੇ ਇੰਤਜ਼ਾਰ ਦੇ ਨਾਲ ਕਬੱਡੀ ਦਾ ਮੁਕਾਬਲਾ ਸ਼ੁਰੂ ਹੋਣ ਜਾ ਰਿਹਾ ਫਾਈਨਲ ਮੈਚ ਮੇਰੇ ਵੀਰਿਓ। ਔਰ ਮੋਟਰਸਾਈਕਲਾਂ ਦੇ ਮਾਨ ਸਨਮਾਨ ਹੋਣੇ ਹੈ, ਵੀਰ ਜੀ ਗਰਾਊਂਡ ਕਲੀਅਰ ਕਰ ਦਿਓ ਕਿਰਪਾ ਕਰਕੇ, ਜਿਹੜੇ ਵੀਰਾਂ ਦੀ ਗਰਾਊਂਡ ਦੇ ਵਿੱਚ ਡਿਊਟੀ ਨਹੀਂ ਉਹ ਵੀਰ ਜਿਹੜੇ ਗਰਾਊਂਡ ਵਿੱਚੋਂ ਸਾਈਡ ਤੇ ਚਲੇ ਜਾਣ। ਹੱਥ ਬੰਨ ਬੇਨਤੀ ਉਹਨਾਂ ਵੀਰਾਂ ਨੂੰ, ਤਾਂ ਵੀ ਨੌਜਵਾਨਾਂ ਪਹਿਲੀ ਕਬੱਡੀ ਜੋਗੇਵਾਲ ਦੇ ਪੱਪੂ ਦੀ ਜਿਹੜੀ ਤਿਆਰੀ ਹੋ ਰਹੀ ਮੇਰੇ ਵੀਰਿਓ, ਲਾਓ ਸਾਹਮਣੇ ਤੱਕਾਂਗੇ ਖੇਡ ਮੈਦਾਨ ਵਿੱਚ ਲੰਘੇਣੇ ਦਾ ਗੁਰਜੀਤ
ਉਧਰਲੇ ਬੰਨੇ ਮਨੀ ਧੂੜ ਪਿੰਡ ਵਾਲਾ ਨਾਲ ਕਹਿੰਦੇ ਵੀ ਨਿਮਾ ਘੋਟੀਪੁਰ ਦਾ ਤੇ ਦੇਵ ਦਿਆਲਪੁਰੀਆ ਰਣਜੀਤ ਦਾਲੀ ਸੁਲਿਆਣੀ ਦਾ ਪਹਿਲੀ ਜਿਹੜੀ ਕਬੱਡੀ ਹੁਣ ਮਾਰੋ ਦਰਸ਼ਕੀਰੋ ਤਾੜੀ ਲਾਓ ਸਾਹਮਣੇ ਚੱਲ ਵੀ ਨਾ ਜਾਣਾ ਆਤਾ ਛੱਡਦੇ ਸਾਰੀਆਂ ਵਾਰੀਆਂ ਤੇਰੇ ਇੱਕ ਇੱਕ ਨਖਰੇ ਤੇ ਵੱਜਣ ਤਾੜੀਆਂ ਮੁੰਡਿਆਂ ਗਰਮੀ ਸਰਦੀ ਝੱਲ ਵੀ ਹੁਣ ਛੱਡ ਨਸ਼ਿਆਂ ਦਾ ਖਹਿੜਾ ਆ ਜਾ ਕਬੱਡੀ ਵੱਲ ਵੀ ਲਾਓ ਉਧਰਲੇ ਬੰਨੇ ਪਹਿਲੀ ਜਿਹੜੀ ਕਬੱਡੀ ਹੈ ਨੌਜਵਾਨ ਜੋਗੇਵਾਲ ਦੇ ਪੱਪੂ ਦੀ ਪੈਂਦੀ ਹੋਈ ਖੇਡ ਮੈਦਾਨ ਵਿੱਚ ਦੱਸਾਂਗੇ ਲਾਓ ਮੇਰੇ ਵੀ ਅਰਸ਼ਾ ਚੋਲਾ ਸਾਹਿਬ ਦੀ ਧਰਤੀ ਦਾ ਪਹਿਲੀ ਜਿਹੜੀ ਕਬੱਡੀ ਉੱਪਰਦਾ ਹੈ ਚੱਲ ਵੀ ਨਾ ਜਾਂਦਾ ਲਓ ਜੀ ਗੋਪੀ ਜਿੰਨੇ ਵੀ ਸੁਖਮਨ ਨੂੰ ਜਾਫੇ ਲਾਉਂਦਾ ਨੀਲਾ ਕੋਚ ਫਕਰ ਝੰਡੇ ਵਾਲਾ ਵੀਰ ਕਹਿੰਦਾ ਵੀ ਉਹਨੇ 100-100 ਰੁਪਏ ਦਿੱਤੇ ਜਾਣਗੇ ਆਓ ਫਰੰਦੀਪੁਰੀ ਆ ਇੱਕ ਬੰਨੇ ਰੇਸ਼ਮ ਚੰਬੇ ਦੀ ਧਰਤੀ ਦਾ ਹੁਣ ਬਣੀਆਂ ਕਿਸਾਨ ਜੋੜੀਆਂ ਹੁਣ ਬਣੀਆਂ ਪੁਆਇੰਟ ਜਿਹੜਾ ਕਹਿੰਦੇ ਵੀ ਚੋਲਾ ਸਾਹਿਬ ਦੀ ਟੀਮ ਦਾ ਰੇਸ਼ਮ ਕਬੱਡੀ ਨੌਜਵਾਨ ਪਾ ਕੇ ਪਰਤਿਆ ਉਧਰਲੇ ਬੰਨੇ ਨੌਜਵਾਨ ਗੱਭਰੂ ਦਾ ਖੇਡ ਮੈਦਾਨ ਵਿੱਚ ਜੋਗੇਵਾਲ ਦੀ ਧਰਤੀ ਗਗਨ ਬਹਿ ਜਾਓ ਮੇਰੇ ਬਹਿ ਜਾਓ ਉਧਰਲੇ ਬੰਨੇ ਕਬੱਡੀ ਗਗਨ ਦੀ ਖੇਡ ਮੈਦਾਨ ਵਿੱਚ ਪੈਂਦੀ ਹੋਈ ਤੱਕੀਏ ਉਧਰਲੇ ਬੰਨੇ ਕੌਣ ਗੱਭਰੂ ਹੈ ਇੱਕ ਬੰਨੇ ਕਹਿੰਦੇ ਵੀ ਅਰਸ਼ ਚੋਲਾ ਸਾਹਿਬ ਦੀ ਧਰਤੀ ਦਾ ਵਾਹ ਨੌਜਵਾਨਾ ਤੇ ਪੁਆਇੰਟ ਜਿਹੜਾ ਕਹਿੰਦੇ ਵੀ ਜੋਗੇਵਾਲ ਦੀ ਟੀਮ ਦੇ ਹਿੱਸੇ ਵਿੱਚ ਜੁੜਦਾ ਹੋਇਆ ਉਧਰਲੇ ਬੰਨੇ ਲਾ ਉਧਰਲੇ ਬੰਨੇ ਕੱਲੀ ਕੱਲੀ ਕਬੱਡੀ ਦੇ ਕੱਲੇ ਕੱਲੇ ਟੱਚ ਗਣੇ ਜਾ ਰਹੇ ਹੈ ਫਰੰਦੀਪੁਰੀ ਤੇ ਮੱਖਣ ਮੱਖੀ ਵਾਲਾ ਲਾ ਸਾਹਮਣੇ ਦੇਖਦੇ ਹੈ ਨੌਜਵਾਨ ਮੋਟਰਸਾਈਕਲਾਂ ਦੀ ਜੰਗ ਹੋ ਰਹੀ ਹੈ ਖੇਡ ਮੈਦਾਨ ਵਿੱਚ ਪਿੱਛੇ ਹਟ ਜਾਓ ਮੇਰੇ ਵੀਰੋ ਆ ਨੌਜਵਾਨ ਗੱਭਰੂ ਆਉਂਦਾ ਨੱਚਦਾ ਤੇ ਪੁਆਇੰਟ ਮੱਖਣ ਦਾ ਪੁਆਇੰਟ ਮੱਖਣ ਮੱਖੀ ਦਾ ਪੁਆਇੰਟ ਚੋਲਾ ਸਾਹਿਬ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਖੇਡ ਮੈਦਾਨ ਵਿੱਚ ਦੇਖਦੇ ਹੈ ਚੱਲ ਵੀ ਨੌਜਵਾਨ ਡਿੱਪੀ ਅਗਲੀ ਕਬੱਡੀ ਪਾਉਂਦਾ ਹੋਇਆ ਬੁਰਜ ਦੀ ਧਰਤੀ ਦਾ ਡਿੱਪੀ ਲਾਓ ਸਾਹਮਣੇ ਕੱਲੀ ਕੱਲੀ ਕਬੱਡੀ ਤੇ ਕੱਲੇ ਕੱਲੇ ਜਾਫੇ ਜਿਹੜੇ ਮੇਰੇ ਨੋਟ ਕੀਤੇ ਆ ਰਹੇ ਹੈ ਉਧਰਲੇ ਬੰਨੇ ਬੜਿੰਗ ਪਿੰਡ ਹੈ ਸੱਤਾ ਨਾਮ ਹੈ ਇੱਕ ਬੰਨੇ ਡਿੱਪੀ ਬੁਰਜ ਦੀ ਧਰਤੀ ਦਾ ਤੇ ਪੁਆਇੰਟ ਜਿਹੜਾ ਜੁੜਿਆ ਨੌਜਵਾਨ ਗੱਭਰ ਚੋਲਾ ਸਾਹਿਬ ਦੀ ਟੀਮ ਦੇ ਸਿਰ ਤੇ ਨਵਤੇਜ ਬਰਾੜ ਮਾਸੀ ਬੋਲਾ ਜੀ ਆਓ ਆ ਮੇਰੇ ਵੀਰ ਕਬੱਡੀ ਬਾਲ ਤਕੜੀ ਮੇਰੇ ਵੀ ਖੇਡ ਮੈਦਾਨ ਵਿੱਚ ਖੇਡੀ ਜਾ ਰਹੀ ਹੈ ਇਧਰਲੇ ਬੰਨੇ ਦੇਖਦੇ ਵੀ ਨੌਜਵਾਨ ਗੱਭਰੂ ਆ ਕੌਣ ਹੈ ਖੇਡ ਮੈਦਾਨ ਵਿੱਚ ਇੱਕ ਬੰਨੇ ਸੁਖਮਨ ਤੇ ਦੂਸਰੇ ਬੰਨੇ ਮੇਰੇ ਵੀਰੋ ਕਹਿੰਦੇ ਵੀ ਨਾਨਕ ਮੁੰਡੀਆਂ ਵਾਲਾ ਕਬੱਡੀ ਦਾ ਬਹੁਤ ਤਕੜਾ ਲਓ ਜੀ ਜੇ ਜਫਾ ਨਾ ਲੱਗਾ ਤੇ 5000 ਰੁਪਇਆ ਦੂਜੇ ਨੂੰ ਦਿੱਤਾ ਜਾਵੇਗਾ ਇਹ ਪੂਰੇ ਮੈਚ ਵਿੱਚ ਅਗਲੀ ਕਬੱਡੀ ਜੋਗੇਵਾਲ ਦੇ ਪੱਪੂ ਦੀ ਪੈਂਦੀ ਹੋਈ ਰਿਜੰਟ ਧਿਆਨ ਇੱਧਰ
ਲੱਖ ਯਾਰ ਮੁੜ ਕੇ ਬਾਅਦ ਵਿੱਚ ਰੌਲਾ ਪਊਗਾ ਉਸਲੇ ਬੰਨੇ ਪੱਪੂ ਕਬੱਡੀ ਪੱਪੂ ਦੀ ਤੇ ਟੱਚ ਹੈਪੀ ਚੋਲੇ ਦਾ ਚੱਲ ਵੀ ਨਾ ਜਾਂਦਾ ਕੱਲੀਆਂ ਕੱਲੀਆਂ ਕਬੱਡੀਆਂ ਦੇ ਕੱਲੇ ਕੱਲੇ ਜੱਫੇ ਗਣੇ ਜਾ ਰਹੇ ਹੈ ਮੈਂ ਮੇਰੀ ਬੇਨਤੀ ਦਿਲਬਾਗ ਜੀ ਆ ਜਾਣ ਕਿਰਪਾ ਕਰਕੇ ਗਰਾਊਂਡ ਦੇ ਵਿੱਚ ਦਿਲਬਾਗ ਜੀ ਗੱਜਣ ਵਾਲਾ ਬੇਨਤੀ ਹੈ ਦਿਲਬਾਗ ਜਲਦੀ ਨਾਲ ਇੱਕੋ ਮਿੰਟ ਜੀ ਦਿਲਬਾਗ ਗੱਜਣ ਵਾਲਾ ਜੀ ਬਹਿ ਜਾਓ ਇੱਕ ਮਿੰਟ ਦਿਲਬਾਗ ਜਲਦੀ ਨਾਲ ਗਰਾਊਂਡ ਦੇ ਵਿੱਚ ਆ ਜਾਵੇ ਦਿਲਬਾਗ ਫਰੰਦੀਪੁਰੀ ਆ ਗੋਪੀ ਤੇ ਚੰਬੇ ਦਾ ਰੇਸ਼ਮ ਹੈ ਲਾ ਉਧਰਲੇ ਬੰਨੇ ਟੈਗ ਤੇ ਕਬੱਡੀਆਂ ਨਾਲ ਨਾਲ ਗੁਰਜੰਤ ਜੀ ਲਿਖੀ ਚੱਲੋ ਕਿਰਪਾ ਕਰਕੇ ਕਿਉਂਕਿ ਬਾਅਦ ਵਿੱਚ ਇਹ ਰੌਲਾ ਨਾ ਪੈ ਜਾਵੇ ਚੱਲ ਵੀ ਨਾ ਜਾਂਦਾ ਕਿਉਂਕਿ ਕਬੱਡੀਆਂ ਚਾਰੇ ਪਾਸੋਂ ਕਹਿੰਦੇ ਵੀ ਪੂਰੀਆਂ ਉਧਰਲੇ ਬੰਨੇ ਖੇਡ ਮੈਦਾਨ ਵਿੱਚ ਨੌਜਵਾਨ ਗੱਭਰੂ ਗਗਨ ਕਬੱਡੀ ਪਾਉਂਦਾ ਹੋਇਆ 2000 ਰੁਪਇਆ 5-5 ਹਜ਼ਾਰ ਰੁਪਇਆ ਨਵਤੇਜ ਬਰਾੜ ਜੀ ਨੇ ਲਾ ਦਿੱਤਾ ਕਹਿੰਦੇ ਵੀ ਚੋਲਾ ਸਾਹਿਬ ਦੀ ਸੁਖਮਨ ਦੀ ਕਬੱਡੀ ਤੇ ਆ ਵੀ ਨਾ ਜਾਂਦਾ ਇੱਕ ਬੰਨੇ ਅਰਸ਼ ਤੇ ਦੂਸਰੇ ਬੰਨੇ ਗਗਨ ਲਾਓ ਮੇਰੇ ਵੀਰੋ ਕਬੱਡੀ ਬਾਪ ਤਕੜੀ ਖੇਡ ਮੈਦਾਨ ਵਿੱਚ ਨਹੀਂ ਰੀਸਾ ਨਹੀਂ ਰੀਸਾ ਇੱਕ ਬੰਨੇ ਗਗਨ ਸਮੇਂ ਦੀਆਂ ਬਾਤਾਂ ਇਹ ਪੱਲੇ ਪੱਲੇ ਹੋਈ ਪਈ ਹੈ ਤੇ ਪੁਆਇੰਟ ਗਗਨ ਦਾ ਪੁਆਇੰਟ ਗਗਨ ਹੈਲੋ ਚੱਲ ਗਈ ਮੈਂ ਚੱਲਦਾ ਹੋਇਆ ਫਾਈਨਲ ਮੈਚ ਹੈ ਬੱਸੀ ਚੱਲੀ ਮਾਰ ਕੇ ਦਿਲਬਾਗ ਬਹਿ ਜਾਓ ਮੇਰੇ ਵੀਰੋ ਔਰ ਚੱਲ ਵੀ ਨਾ ਜਾਂਦਾ 5000 ਰੁਪਇਆ ਲੱਗਾ ਕਹਿੰਦੇ ਵੀ ਸੁਖਮਨ ਦੀ ਕਬੱਡੀ ਦੇ ਉੱਪਰ ਮੇਰੇ ਵੀਰੋ ਉਧਰਲੇ ਬੰਨੇ ਜੇ ਫਰੰਦੀਪੁਰੀ ਆ ਗੋਪੀ ਜਫਾ ਲਾਵੇਗਾ ਲਾਓ ਸਾਹਮਣੇ ਇੱਕ ਬੰਨੇ ਮੱਖਣ ਹੈ ਦੂਸਰੇ ਬੰਨੇ ਪਿੱਛੇ ਉਹਦੇ ਮੇਰੇ ਵੀਰ ਇਹ ਆਉਂਦਾ ਨੱਚਦਾ ਗੱਭਰੂ ਇਹ ਪੱਲੇ 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 ਹੋਈ ਪਈ ਆ ਕਬੱਡੀ ਦਾ ਪਾਪ ਤਕੜਾ ਖਿਡਾਰੀ ਇੱਕ ਬੰਨੇ ਫਰੰਦੀਪੁਰੀ ਆ ਦੂਸਰੇ ਬੰਨੇ ਪਿੱਛੇ ਹਟ ਜਾਓ ਮੇਰੇ ਵੀਰ ਰਾਲਾ ਨੀ ਰਾਲਾ ਨੀ ਮੇਰੀ ਬੇਨਤੀ ਹੈ ਮੱਖਣ ਨੂੰ ਜੱਫਾ ਲੱਗ ਚੁੱਕਾ ਬਹਿ ਜਾਓ ਮੇਰੀ ਮੱਖਣ ਨੂੰ ਜੱਫਾ ਲੱਗ ਚੁੱਕਾ ਉਧਰਲੇ ਬੰਨੇ 500 ਰੁਪਇਆ ਨਰਤੇਜ ਬਰਾਲ ਮਾਛੀ ਬੁਗੜਾ ਜੀ ਫਰੰਦੀਪੁਰੀ ਏ ਗੋਪੀ ਲਈ ਕਬੱਡੀ ਦਿੱਤੀ ਦੀ ਹੈ ਉਧਰਲੇ ਬੰਨੇ ਕਾਣ ਗੱਭਰੂ ਚੋਲਾ ਸਾਹਿਬ ਦੀ ਧਰਤੀ ਦਾ ਹੈਪੀ ਮੇਰੇ ਵੀਰੋ ਆ ਵੀ ਨਾ ਜਾਂਦਾ ਆ ਗਈ 5000 ਦੀ ਕੌਡੀ 5 ਪੀਰ ਤੇ 5 ਪਿਆਰੇ 5 ਦਰਿਆ ਪੰਜਾਬੀ ਕਿ 5 ਤੱਤਾਂ ਦਾ ਪੁਤਲਾ ਬਣਦਾ 5 ਚਾਚ ਸਾਬੀ ਔਰ ਖੇਡ ਮੈਦਾਨ ਵਿੱਚ 5000 ਕਾਣ ਗੱਭਰੂ ਜੇ ਫਰੰਦੀਪੁਰੀ ਆ ਜੱਫਾ ਲਾਉਂਦਾ ਤਾਂ ਪਰ ਮੇਰੇ ਵੀਰੋ ਉਧਰਲੇ ਬੰਨੇ ਕਬੱਡੀ ਪੈ ਚੁੱਕੀ ਹੈ ਇੱਕ ਜੱਫਾ ਲਾ ਕੇ ਜੇ ਜੱਫਾ ਨਾ ਲੱਗਾ ਕੌਣ ਹੈ ਨੈਲਾ ਬਗਿਆਰ ਮਾਰੀ ਜਦੋਂ ਛਾਲ ਲਾ ਕੇ ਜ਼ੋਰ ਪੱਟਾ ਨਾਲ ਕੀਪਾ ਕੀਪਾ ਮੇਰੇ ਵੀਰੋ ਕੀਪਾ 10000 ਜੀ ਲਾਓ ਸੁਖਮਨ ਦੀ ਕਬੱਡੀ ਤੇ 10000 ਮੇਰੇ ਵੀਰੋ ਜੇ ਜੱਫਾ ਨਹੀਂ ਲੱਗਦਾ ਤੇ ਸੁਖਮਨ ਦਾ ਜੀ ਜੇ ਜੱਫਾ ਲੱਗ ਜਾਂਦਾ ਫਰੰਦੀਪੁਰੀ ਗੋਪੀ ਦਾ ਜਾਂ ਉਹਨਾਂ ਦੀ ਟੀਮ ਦਾ ਲਾਓ ਮੇਰੇ ਵੀਰੋ ਇੰਨੇ ਜਿਹੜੇ ਪੈਸੇ ਲੱਗ ਚੁੱਕੇ ਹੈ ਅਗਲੀ ਜਿਹੜੀ ਕਬੱਡੀ ਯੋਗੇਵਾਲ ਦੇ ਪੱਪੂ ਦੀ ਪੈਂਦੀ ਹੋਈ ਖੇਡ ਮੈਦਾਨ ਵਿੱਚ ਦੇਖਦੇ ਹਾਂ ਵੀ ਕਾਣ ਕਬਰੋ ਕਿੰਨੇ ਟੱਚ ਲੈ ਮੋਟਰਸਾਈਕਲਾਂ ਦੇ ਕੱਜ ਕਬਜ਼ਾ ਕਰਦੀ ਹੈ ਟੀਮ ਲੱਗਾ ਪਿਆ ਮੈਚ ਕਬੱਡੀ ਦਾ ਔਰ ਖੇਡ ਮੈਦਾਨ ਵਿੱਚ ਦੇਖਦੇ ਹੈ ਪਾਓ ਕਾਣ ਕਬਰੂ ਕਹਿੰਦੇ ਵੀ ਚੋਲਾ ਸਾਹਿਬ ਦੀ ਧਰਤੀ ਦਾ ਹੈਪੀ ਇੱਕ ਬੰਨੇ ਨੌਜਵਾਨ ਧੋਣਾ ਪੱਟ ਕੇ ਵੀ ਜੋਗੇ ਵਾਲੀ ਆ ਆਹ ਭੱਜਿਆ ਜਾਂਦਾ ਚੱਲ ਵੀ ਨੌਜਵਾਨ ਕੱਲੀ ਕੱਲੀ ਕਬੱਡੀ ਤੇ ਕੱਲਾ ਕੱਲਾ ਜੋਫਾ 10000 ਦੀ ਕੌਡੀ ਹੈ ਉਧਰਲੇ ਬੰਨੇ ਨਵਤੇਜ ਬਰਾੜ ਜੀ ਮੇਰਾ ਵੀਰ ਸੁੱਖਾ ਬਰਾੜ ਕਹਿੰਦੇ ਵੀ ਕਬੱਡੀ ਦੇ ਪੈਸੇ ਅਜੇ ਹੋਰ ਵਧਣੇ ਹੈ 20-30-40 ਹਜ਼ਾਰ ਤੇ ਗੱਲ ਜਾਣੀ
ਸਾਰੇ ਦਰਸ਼ਕ ਵੀਰੋ ਜਿਹੜੀ ਚੋਲਾ ਸਾਹਿਬ ਦੇ ਸੁਖਮਨ ਦੀ ਕਬੱਡੀ ਦੀ ਕਹਿੰਦੇ ਵੀ ਮਹਿੰਗੀ ਕਬੱਡੀ ਪੈਣੀ ਇਸ ਖੇਡ ਮੈਦਾਨ ਵਿੱਚ ਕਬੱਡੀ ਚੰਬੇ ਦੇ ਰੇਸ਼ਮ ਦੀ ਉਧਰਲੇ ਬੰਨੇ ਦੇਖਦੇ ਆ ਵੀ ਨੌਜਵਾਨ ਝੂਹੇ ਆਪਿਆ ਫਾਈਨਲ ਮੈਚ ਹੋਇਆ ਜਦ ਫਾਈਨਲ ਮੈਚ ਤੇ ਹੱਥ ਵਿਖਾਏ ਗੋਪੀ ਨੇ ਕਿ ਢੇਰੀਆਂ ਕੋਲੇ ਜਾ ਕੇ ਵੀ ਕਈ ਢਾਏ ਗੋਪੀ ਨੇ ਨੈਲਾ ਪਗਿਆਰ ਆਓ ਕਬੱਡੀ ਦਾ ਤੇ ਚੰਬੇ ਵਾਲਾ ਰੇਸ਼ਮ ਮੇਰੇ ਵੀਰੋ ਲੱਗਦਾ ਹੋਇਆ ਜਫਾ ਵਾਹ ਨੌਜਵਾਨਾਂ ਕਬੱਡੀ ਜੋਗੇ ਵਾਲੀ ਹੈ ਗਗਨ ਦੀ ਬਰਾੜ ਸਾਹਿਬ ਦੀ ਨਵਤੇਜ ਇਸ ਮੁੰਡੇ ਦੀ ਕਬੱਡੀ ਤੇ ਵੀ ਆਪਾਂ ਪੈਸੇ ਲਾਉਣੇ ਆ ਆ ਵੀ ਨੌਜਵਾਨਾਂ 2000 ਰੁਪਇਆ ਉਧਰਲੇ ਬੰਨੇ ਸੱਤਾ ਬਿਲਡਿੰਗ ਪਿੰਡ ਦੀ ਧਰਤੀ ਦਾ ਲਾਓ ਮੇਰੇ ਵੀਰੋ ਪਾਉਤੀ ਤਗੜਾ ਲੱਗਿਆ ਜੀ ਜਫਾ ਉਹਨਾਂ ਨੂੰ ਦੇ ਦਿਓ ਜੀ ਪੈਸੇ 2000 ਰੁਪਇਆ ਜਿਹੜਾ ਸੱਤੇ ਬਿਲਡਿੰਗ ਦੇ ਜਫੇ ਦਾ 2000 ਰੁਪਇਆ ਹਾਂਜੀ ਲਾ ਮੇਰੇ ਵੀਰੋ ਸੁਖਮਨ ਆ ਗਈ 10000 ਦੀ ਗੋਡੀ ਪਿੱਛੇ ਉਹਦੇ ਮੇਰੇ ਵੀਰੋ ਆ ਬਹਿ ਜਾਓ ਯਾਰ ਸਕੋਰ ਖਿਡਾਰੀ ਵਿੱਚ ਬਹਿ ਜਾਓ ਇੱਕ ਬੰਨੇ ਸੁਖਮਨ ਹੈ ਇੱਕ ਬੰਨੇ ਫਰੰਦੀਪੁਰੀ ਆ ਪਰ ਨਹੀਂ ਉਹ ਫਰੰਦੀਪੁਰੀ ਆ ਫਰਨੀ ਹੋਣਾ 10000 ਰੁਪਏ ਦੀ ਕਬੱਡੀ ਪਾ ਕੇ ਚੋਲੇ ਵਾਲਾ ਪਿੱਛੇ ਪਰਤਿਆ ਚੱਲ ਵੀ ਨੌਜਵਾਨਾਂ ਅਗਲੀ ਕਬੱਡੀ ਪੱਪੂ ਦੀ ਫੇਰ ਮੈਦਾਨ ਵਿੱਚ ਤੱਕੀਏ ਤੇ ਨੌਜਵਾਨ ਗੱਭਰੂ ਕੱਲੀ ਸੱਤੇ ਬਿਲਿੰਗ ਦਾ ਜੀ ਸੱਤੇ ਬਿਲਿੰਗ ਨੂੰ 2000 ਰੁਪਇਆ ਦੇਵਾਂਗੇ ਆਪਾਂ ਜਿਹਨੇ ਕਹਿੰਦੇ ਵੀ ਜੋਗੇ ਵਾਲੀ ਗਗਨ ਨੂੰ ਜਫਾ ਲਾਇਆ ਉਧਰਲੇ ਬੰਨੇ ਪੱਪੂ ਦੀ ਪਾਈ ਹੋਈ ਕਬੱਡੀ ਦੇ ਉੱਪਰ ਕਾਉਣ ਗੱਭਰੂ ਖੇਡ ਮੈਦਾਨ ਵਿੱਚ ਡੱਕਣ ਦੀ ਕੋਸ਼ਿਸ਼ ਕਰਦਾ ਲਾਓ ਸਾਹਮਣੇ ਦੇਖਾਂਗੇ ਵੀ ਚਾਰੇ ਜਾਫੀ ਪਈਆਂ ਭਾਜੜਾ ਹੱਡ ਵੀ ਪਿੱਛੇ ਔਰ ਖੇਡ ਮੈਦਾਨ ਵਿੱਚ ਪੁਆਇੰਟ ਮਨੀ ਧੂੜ ਕਹਿੰਦਾ ਵੀ ਜੋਗੇ ਵਾਲੀ ਪੱਪੂ ਦਾ ਕੋਈ ਸੱਤਾ ਬਿਲਿੰਗ ਪਿੰਡ ਵਾਲਾ ਜਿਹਨੂੰ ਹੱਥ ਲੱਗਾ ਚੱਲ ਵੀ ਨੌਜਵਾਨਾਂ ਸੱਤੇ ਦਾ ਟੱਚ ਜੀ ਨੋਟ ਕਰ ਲਓ ਹੈਲੋ ਹੈਪੀ ਦਾ ਹੈਪੀ ਦਾ ਲਿਖ ਲਓ ਜੀ ਸੱਤੇ ਦਾ ਨਹੀਂ ਯਾਰ ਸੁਖਮਨੀ ਕੁਦਰੀ ਆਹ ਮੈਂ ਕੌਡੀ ਤੋਂ ਬਾਅਦ ਮੈਚ ਰੋਕ ਦਿਓ ਬੇਨਤੀ ਹੈ ਵੀ ਆਹ ਕੌਡੀ ਤੋਂ ਬਾਅਦ ਇੱਕ ਮਿੰਟ ਜੀ ਗੁਰਜੀਤ ਸੁਖਮਨ ਨੂੰ ਪੁੱਛ ਲਓ ਵੀ ਕੌਡੀਆਂ ਕਿੰਨੀਆਂ ਪਾਈਆਂ ਸੁਖਮਨ ਦੱਸੀ ਮੇਰੇ ਵੀ 2 ਪਾਈਆਂ 3 ਪਾਈਆਂ ਤਿੰਨ ਜੀ ਤਿੰਨ ਕੌਡੀਆਂ ਨਹੀਂ ਵੀਰ ਕਿੰਨੀਆਂ ਲਿਖੀਆਂ ਜੀ ਚਾਰ ਜੀ ਠੀਕ ਆ ਜੀ 4 ਕਬੱਡੀਆਂ ਪਈਆਂ ਜੀ ਹੁਣ ਨੋਟ ਕਰੀ ਚੱਲੋ ਨਾਲ ਨਾਲ ਜੰਟੇ ਚਲਾਓ ਜੀ ਮੈਚ ਚਲਾਓ ਧਿਆਨ ਰੱਖੋ ਵੀਰੇ ਮੈਂ ਕੱਲੀ ਕੱਲੀ ਕੌਡੀ ਬੋਲਦਾ ਕਿਰਪਾ ਕਰਕੇ ਨੋਟ ਕਰੀ ਚੱਲੇ 1 2 3 4 ਇੱਦਾਂ ਲਿਖੀ ਚੱਲੋ ਜੀ ਤੇ ਜਫਾ ਲੱਗਦਾ ਤੇ ਗੋਲ ਮਾਰ ਦਿਓ ਬੇਨਤੀ ਆ 3 ਵੀਰ ਭਾਏ ਆ ਤੇ ਧਿਆਨ ਰੱਖੋ ਤੁਸੀਂ ਥੋੜਾ ਮੈਨੂੰ ਤੁਸੀਂ ਉਲਝਾ ਲਿਆ ਮੈਂ ਤੁਹਾਨੂੰ ਦੱਸੀ ਜਾ ਰਿਹਾ ਕੱਲੀ ਕੱਲੀ ਕੌਡੀ ਵੀ ਕਾਂ ਟੱਚ ਲਾਉਂਦਾ ਉਧਰਲੇ ਬੰਨੇ ਡਿੱਪੀ ਦੀ ਪਾਈ ਹੋਈ ਕਬੱਡੀ ਤੇ ਚੋਲੇ ਦਾ ਅਰਸ਼ ਮੇਰੇ ਕੋਲ ਡੱਕਣ ਦੀ ਕੋਸ਼ਿਸ਼ ਕਰਦਾ ਫਿਰ
ਸਾਕਸ਼ੀ ਬੁਗਰਾ ਜੀ ਸਵਾਦ ਆਉਂਦਾ ਅੱਜ ਮੇਰੇ ਫਰੰਦੀਪੁਰੀਆ 20,000 ਦੇਵਾਂਗੇ ਜੇ ਜੱਫਾ ਲਾਵੇਂਗਾ ਤਾਂ ਪੂਰਾ 20,000 ਨਹੀਂ ਅਸੀਂ ਸੁਖਮਨ ਨੂੰ ਦੇਣਾ ਜੀ ਨਹੀਂ ਅਸੀਂ ਸੁਖਮਨ ਨੂੰ ਦੇਣਾ 20,000 ਰੁਪਇਆ ਆ ਯਾਰ ਪੁਆਇੰਟਾਂ ਵਾਲੇ ਥੋੜਾ ਇਹਨੂੰ ਹੋ ਜਾਓ ਬੇਨਤੀ ਵੀ ਦਿਸਣ ਦਿਓ ਕੌਣ ਮੁੰਡਾ ਫੜਦਾ ਉਧਰਲੇ ਬੰਨੇ ਨੈਲਾ ਬਘਿਆੜ ਜੀ ਨੈਲਾ ਬਘਿਆੜ ਮੇਰੇ ਨੋਟ ਕਰ ਲਓ ਤੇ ਪਾਂਚ ਜਿਹੜਾ ਚੋਲਾ ਸਾਹਿਬ ਦੇ ਸੁਖਮਨ ਦਾ ਰੁੱਝੇ ਪਏ ਆ ਰੁਝੇਵੇ ਵੱਧ ਗਏ ਆ ਚੱਲੋ ਪੱਪੂ ਨੌਜਵਾਨਾਂ ਪਾ ਕਬੱਡੀ 20,000 ਦੀ ਕਬੱਡੀ ਹਜੇ ਦਰਸ਼ ਵੀਰੋ ਸੂਈ ਤਾਂ ਨੂੰ ਚੜ੍ਹਨੀ ਹੈ ਕਿਉਂਕਿ ਉਧਰਲੇ ਬੰਨੇ ਨਿਮਤੇਜ ਬਰਾੜ ਬਾਦਸ਼ਾਹ ਬੁਗਰੇ ਵਾਲਾ ਕਹਿੰਦਾ ਵੀ 1,00,000 ਰੁਪਏ ਤੱਕ ਜਿਹੜੀ ਕਬੱਡੀ ਜਾਣੀ ਹੈ ਖੇਡ ਮੈਦਾਨ ਵਿੱਚ ਦੇਖਦੇ ਹਾਂ ਕਬੱਡੀ ਪੱਪੂ ਦੀ ਉੱਠੋ ਉੱਠੋ ਨੌਜਵਾਨਾਂ ਸਾਂਭ ਸਾਂਭ ਨੌਜਵਾਨਾਂ ਪੈਰ ਉੱਠਦੇ ਫਿਰਦੇ ਆ ਕਬੱਡੀ ਜਿਹੜੀ ਪੱਪੂ ਨੇ ਪਾਈ ਹੈ ਔਰ ਦੇਖਾਂਗੇ ਵੀ ਕੌਣ ਗੱਭਰੂ ਛੀਣੀ ਮਾਂ ਦਾ ਬੱਬਰ ਸ਼ੇਰ ਇੱਕ ਬੰਨੇ ਆ ਪੱਪੂ ਆ ਉਂਗਲ ਖੜੀ ਅਮਰੀਕ ਸਿੰਘ ਦੇ ਪੁੱਤ ਦੀ ਸ਼ੇਰਾ ਵੀ ਵਿਸ਼ੇ ਤੜ ਤੇ ਪੁੱਜਿਆ ਚੱਲ ਵੀ 20,000 ਦੀ ਕੌਡੀ ਆ ਗਈ ਮੇਰੇ ਕੋਲ ਫੇਰ ਜਿਹੜੀ ਕਹਿੰਦੇ ਵੀ ਡਬਲ ਡਬਲ ਕੌਡੀਆਂ ਪੈਂਦੀਆਂ ਖੇਡ ਮੈਦਾਨ ਵਿੱਚ ਦਿਮਾਗ ਦੱਸੀ ਚੱਲੀ ਅੱਗੋਂ ਪਾਸੇ ਉਹਦੇ ਮੇਰੇ ਵੀਰ ਅੱਗੋਂ ਭਰਾ ਜੀ ਪਾਸੇ ਉਹਦੇ ਹੱਥ ਬੰਨ ਕੇ ਬੇਨਤੀ ਹੋ ਯਾਰ ਆ ਕੀ ਬਣਿਆ ਉਹ ਵੀਰ ਜੀ ਇੱਕ ਬੰਨੇ ਫਰੰਦੀਪੁਰੀਆ ਆਟੋ ਪਿੱਛੇ ਆਟੋ ਪਿੱਛੇ ਆਟੋ ਪਿੱਛੇ ਆਟੋ ਪਿੱਛੇ ਆਟੋ ਪਿੱਛੇ ਹੱਟ 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 ਆਹਾ ਦੋਵਾਂ ਲਈ ਤਾੜੀਆਂ ਮਾਰ ਦਿਓ ਪਿਆਰ ਨਾ ਪਿਆਰ ਨਾ ਪਿਆਰ ਨਾ ਸਵਾਦ ਆ ਗਿਆ ਸਵਾਦ ਆ ਗਿਆ ਦਰਸ਼ ਵੀਰੋ ਉਧਰਲੇ ਬੰਨੇ ਦੇਖਦੇ ਆ ਗੱਡੀ ਪਾਪ ਤਕੜੀ ਕਬੱਡੀ ਦੀ ਨਜ਼ਾਰੇ ਦੀ ਚੱਲ ਵੀ ਪੱਪੂ ਪਾ ਕਬੱਡੀ ਯੋਗੇਵਾਲ ਦੇ ਪੱਪੂ ਦੀ ਫੇਰ ਕਬੱਡੀ 20,000 ਹੁਣ ਤੇਜ ਸਾਹਿਬ ਜੀ ਹੋਰ ਚੱਕੀ ਹੈ ਕੰਮ ਕੌਡੀਆਂ ਥੋੜੀਆਂ ਰਹਿ ਗਈਆਂ ਅੱਗੇ ਮਾਰੋ ਸਾਲ 5,000 ਹੋਰ ਬੁਲਾਓ ਕੌਡੀਆਂ 2,000 ਬਾਕੀ ਅਮਰਾਜ ਸਾਹਿਬ ਜੀ ਕਬੱਡੀ ਜਿਹੜੀ ਪਾਪ ਤਕੜੀ ਖੇਡ ਮੈਦਾਨ ਉਧਰਲੇ ਬੰਨੇ ਬਰਾੜ ਸਾਹਿਬ ਆਖਦੇ ਆ ਕਿਹਦਾ ਜੱਫਾ ਜੀ ਹੈਪੀ ਹੈਪੀ ਦਾ ਜੱਫਾ ਪੱਪੂ ਨੂੰ ਜੀ ਨਵਤੇਜ ਕਹਿੰਦੇ ਵੀ ਪਿਆਰੀ ਸ਼ਿਵਜੀਤ ਤਾਂ ਕੌਡੀ ਕਹਿੰਦੇ 50,000 ਤੱਕ ਲੈ ਜਾਵਾਂਗੇ ਜਿਵੇਂ ਜਿਵੇਂ ਸਵਾਦ ਆਉਂਦਾ ਗਿਆ ਤੇ ਕੌਡੀ ਜਿਹੜੀ 50,000 ਤੱਕ ਜਾਣੀ ਮੇਰੇ ਵੀਰੋ ਉਧਰਲੇ ਬੰਨੇ ਕਹਿੰਦੇ ਵੀ ਧੰਨਵਾਦ ਕਰਾਂਗੇ ਨਵਤੇਜ ਬਰਾੜ ਜੀ ਦਾ ਕਹਿੰਦੇ ਵੀ ਕਨੇਡਾ ਤੋਂ ਵਿਸ਼ੇਸ਼ ਤੌਰ ਤੇ ਪੁੱਜਿਆ ਟੂਰਨਾਮੈਂਟ ਕਰਾ ਕੇ ਫੇਰ ਕਹਿੰਦੇ ਵੀ ਕਨੇਡਾ ਪੁੱਜ ਜਾਣਾ ਇੱਕ ਬੰਨੇ ਫਰੰਦੀਪੁਰੀ ਅਤੇ ਚੰਬੇ ਵਾਲਾ ਰੇਸ਼ਮ ਆ ਆਉਂਦਾ ਨੱਚਦਾ ਚੱਲ ਗੱਭਰੂਆ ਕੱਲੀ ਕੱਲੀ ਕਬੱਡੀ ਤੇ ਕੱਲੇ ਕੱਲੇ ਨਜ਼ਾਰੇ ਤੇ ਕਬੱਡੀ ਜੋਗੇਵਾਲ ਦੇ ਪੱਪੂ ਦੀ ਉਧਰਲੇ ਬੰਨੇ 20,000 ਦੀ ਕੌਡੀ ਜਿਹੜੀ ਪਿੱਛੇ ਲੋੜੇ ਆ ਛੋਟੀ ਵਾਲੇ ਨੂੰ ਵਾਈਸ ਕੌਡੀ ਵਾਲਾ ਮੋੜ ਪਿਆ ਪਿਆਰ ਨਾਲ ਬਾਹਰ ਲੈ ਜਾਓ ਬਜ਼ੁਰਗ ਨੂੰ ਮੈਨੂੰ ਲੱਗਦਾ ਵੀ ਬਜ਼ੁਰਗ ਦੇ ਨਾਲ ਦਾ ਬੇਸ ਬੰਦ ਕਰ ਦਿਓ ਜੀ ਬਕਸਿਆਂ ਦਾ ਹਾਂਡੇ ਬੇਸ ਬੰਦ ਕਰ ਦਿਓ ਜੀ ਇਹਦਾ ਉਧਰਲੇ ਬੰਨੇ ਖੇਡ ਮੈਦਾਨ ਵਿੱਚ ਦੇਖਾਂਗੇ ਵੀ ਕਬੱਡੀ ਤੇ ਪੁਆਇੰਟ ਅਰਸ਼ ਚੋਲੇ ਨੂੰ ਹੱਥ ਲੱਗਾ ਤੇ ਪੱਪੂ ਦਾ ਪੁਆਇੰਟ ਹੈ ਚੱਲ ਵੀ ਨੌਜਵਾਨਾਂ ਆ ਗਈ ਕਬੱਡੀ 20,000 ਦੀ 25,000 ਦੀ ਜੀ ਲਓ ਉਧਰਲੇ ਬੰਨੇ ਵੀ ਇਸ਼ਾਰਾ ਕਰਦੇ ਮੇਰੇ ਨਾਲ ਖੜੇ ਵੀ ਕਬੱਡੀ 25,000 ਦੀ ਯਾਰ ਪਾਸੇ ਕਰ ਦਿਓ ਯਾਰ ਇੰਨੇ ਪੁਆਇੰਟਾਂ ਵਾਲੇ ਆ ਯਾਰ ਮੂਵੀ ਵਾਲੇ ਉਹ ਵੇਖੋ ਉਧਰਲੇ ਬੰਨੇ ਕੀ ਬਣਿਆ ਪਿਆ ਪਰੇ ਹੋ ਜਾਓ 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 ਯਾਰ ਆ ਕੀ ਬਣਿਆ ਯਾਰ ਸਪੇਅਰ ਪਲੇਅਰ ਤੁਸੀਂ ਅਵਤਾਰ ਕੀ ਕਰਦੇ ਯਾਰ ਆ ਯਾਰ ਬਾਹਰ ਨਿਕਲੋ ਆ ਜਿਹੜੇ ਚੋਲੇ ਵਾਲੇ ਸਪੇਅਰ ਪਲੇਅਰ ਪਰੇ ਜਾਓ ਯਾਰ ਬੇਨਤੀ ਯਾਰ ਪਿੱਛੋਂ ਵੇਖੋ ਕਿੰਨਾ ਰੌਲਾ ਪੈਂਦਾ ਕਲਵੰਤ ਜੀ ਬੇਨਤੀ ਆ ਥੱਲੇ ਬਹਿ ਜਾਓ ਭਰਾਵੋ ਥੱਲੇ ਬਹਿ ਜਾਓ ਚੋਲੇ ਵਾਲੇ ਤੇ ਦੂਜੇ ਦੇ ਸਪੇਅਰ ਪਲੇਅਰ ਆ ਯਾਰ ਬੇਨਤੀ ਹੈ
ਭਰਾ ਜੀ ਤੁਸੀਂ ਥੱਲੇ ਬਹਿ ਜਾਓ ਹੱਥ ਬੰਨ ਕੇ, ਪੈਂਟਾਂ ਵਾਲੇ ਤੁਸੀਂ ਵੀ ਥੱਲੇ ਬਹਿ ਜਾਓ, ਕਿਉਂਕਿ ਸਾਨੂੰ ਇਤਲੇ ਬੰਨੇ ਜਿਹੜੇ ਵੀਰ ਬੈਸਲੇਟ ਵਡਿਆਫੀ ਕੱਢਦੇ ਆ ਉਹਨਾਂ ਨੂੰ ਦੀਦਾ ਕੁਛ ਨੀ, ਉਹਨਾਂ ਨੂੰ ਦੀਦਾ ਕੁਛ ਨੀ, ਥੱਲੇ ਬਹਿ ਜਾਓ, ਬੜੀ ਮਿਹਰਬਾਨੀ, ਬਹੁਤ ਮਿਹਰਬਾਨੀ ਹੋਵੇਗੀ ਜੇ ਥੱਲੇ ਬਹਿ ਜਾਓਗੇ। ਆਏ ਹਾਏ ਹਾਏ ਬਾਪੂ ਅੱਜ ਸੁੱਖ ਨੀ ਜਾਫਦੀ ਨੌਜਵਾਨਾਂ, ਉਧਰਲੇ ਬੰਨੇ ਕਬੱਡੀ ਦੇਖਣਗੇ ਵੀ ਚਾਰ ਜਾਫੀ, ਫਾਈਨਲ ਮੈਚ ਗੋੜਿੰਗ ਪਿੰਡ ਹੈ, ਸੱਤਾ ਨਾਮ ਹੈ, ਹੱਟ ਪਿੱਛੇ ਏ ਸੱਜੇ ਖੱਬੇ ਖੱਬੇ ਸੱਜੇ ਸੱਜੇ ਖੱਬੇ ਖੱਬੇ ਸੱਜੇ, ਇੱਥੇ ਰੱਖ ਪੁਆਇੰਟ ਪੱਪੂ ਦਾ, ਉਧਰਲੇ ਬੰਨੇ ਗੋੜਿੰਗ ਪਿੰਡ ਵਾਲਾ ਸੱਤਾ ਮਿਲ ਗਿਓ ਜੂਝਦਾ ਉੱਠ ਵੀ ਨੌਜਵਾਨਾਂ, ਚੱਲ ਲੋ ਗੱਭਰੂਆ ਪਾ ਕਬੱਡੀ। ਉਧਰਲੇ ਬੰਨੇ ਚੰਬੇਪੁਰ ਦੇ ਰੇਸ਼ਮ ਨੇ ਅਗਲੀ ਕਬੱਡੀ ਪਾਉਣੀ ਹੈ, ਪਿੱਛੇ ਫਿਰ ਵੀ ਪਿੱਛੇ ਆ ਵੀ ਨੌਜਵਾਨਾਂ ਤਾੜੀਆਂ ਤੇ ਚੀਕਾਂ ਦਰਸ਼ਕ ਮਾਣਦੇ ਨੇ ਕਿ 80,000 ਤੇ 61,000 ਰੁਪਇਆ, ਕਹਿ ਲਈਏ ਵੀ 1.5 ਲੱਖ ਰੁਪਏ ਦਾ ਮੈਚ, ਉਧਰਲੇ ਬੰਨੇ ਦੋ ਮੋਟਰਸਾਈਕਲ ਪਾ ਲਈਏ ਤੇ 2.5 ਲੱਖ ਰੁਪਏ ਦਾ ਮੈਚ ਹੋਣਾ, ਕਿ ਛਿੰਦੋ ਵੀ ਪੈ ਗਈ ਮਿੰਦੋ ਵੀ ਪੈ ਗਈ, ਪੈ ਗਿਆ ਟੱਬਰ ਸਾਰਾ। ਉਧਰਲੇ ਬੰਨੇ ਡਬਲ ਟੈਗ ਹੋ ਚੁੱਕਾ ਖੇਡ ਮੈਦਾਨ ਦੇ ਵਿੱਚ, ਦੋ ਦੋ ਉਂਗਲਾਂ ਖੜੀਆਂ ਤੇ ਪੁਆਇੰਟ ਰੇਸ਼ਮ ਅੰਡੇ ਦਾ, ਨੈਲੇ ਬਘਿਆਰ ਦਾ ਜਿਹੜਾ ਟੱਚ ਕਬੱਡੀ ਦਾ, ਖੇਡ ਮੈਦਾਨ ਵਿੱਚ ਦਿੱਪੀ ਬੁਰਜ ਪਿੰਡ ਦੀ ਧਰਤੀ ਦਾ ਕਬੱਡੀ ਪਾਉਂਦਾ ਹੋਇਆ ਖੇਡ ਮੈਦਾਨ ਵਿੱਚ, ਕਾਉਣ ਗੱਭਰੂ ਉਧਰਲੇ ਬੰਨੇ ਸੱਤਾ ਬਰਿੰਗਾਂ ਦੀ ਧਰਤੀ ਦਾ, ਚਿੱਟੇ ਅਰਮਾਲਾਂ ਵਾਲੇ ਨੀ ਬੱਲੀਏ ਤੈਨੂੰ ਪੱਟ ਲੈਣਗੇ, ਉਧਰਲੇ ਬੰਨੇ ਚਿੱਟਾ ਰੁਮਾਲ ਬੰਨਿਆ ਹੋਇਆ, ਚੱਲ ਵੀ 25,000 ਰੁਪਏ ਦੀ ਕਬੱਡੀ ਲਾਓ ਦਰਸ਼ਕ ਵੀਰੋ, ਆ ਚੱਲ ਕਬੱਡੀ ਬਾਹਰੋ 25,000 ਦੀ ਫਰੰਦੀਪੁਰੀਆ, ਕਹਿੰਦੇ ਵੀ ਅੱਧਾ ਮੋਟਰਸਾਈਕਲ ਅੱਧਾ 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 ਮੋਟਰਸਾਈਕਲ। ਮੈਂ ਪਹਿਲਾਂ ਮਾਈਕ ਤੋਂ ਜ਼ਿਕਰ ਕੀਤਾ ਵੀ ਗਰਮੀ ਦੇ ਵਿੱਚ ਡੋਲੀ ਵਾਂਗੂ ਮੈਚ ਮੈਂ ਇਹਨਾਂ ਦੇ ਦੇਖੇ ਆ, ਬੜਾ ਤਾਵਾਂ ਜਿਹਾ ਜੱਫਾ ਲੱਗਦਾ ਚੋਲਾ ਸਾਹਿਬ ਦੇ ਸੁਖਮਨ ਨੂੰ, ਉਹ ਵੀ ਫਰੰਦੀਪੁਰੀਆ ਇੱਕ ਬੰਨੇ ਹੋਵੇ, ਇੱਕ ਬੰਨੇ ਬਾਬਾ ਵੀਰ ਚੰਦ ਦੀ ਟੀਮ ਖੇਡਦੀ ਹੈ ਸੁਰ ਸਿੰਘ, ਦੂਸਰੇ ਬੰਨੇ ਚੋਲਾ ਸਾਹਿਬ, ਉਹ ਲੋਕੀ ਕਹਿੰਦੇ ਵੀ 91-91 81-81 61,000 ਰੁਪਇਆ ਇੱਕ ਮੈਚ ਦਾ ਦਿੰਦੇ ਆ ਇਹਨਾਂ ਟੀਮਾਂ ਨੂੰ, ਕਿਉਂਕਿ ਇੱਧਰ ਦਾ ਪੂਰਾ ਟੂਰਨਾਮੈਂਟ, ਉੱਧਰ ਦਾ ਇੱਕ ਸ਼ੋ ਮੈਚ, ਉਧਰਲੇ ਬੰਨੇ ਚੋਲੇ ਦਾ ਕਾਣ ਗੱਭਰੂ ਹੈਪੀ। ਆਓ ਸਾਹਮਣੇ ਦੇਖਦੇ ਹਾਂ ਜੱਫਾ ਪੱਪੂ ਨੂੰ ਮੇਰੇ ਵੀਰੇ ਲੱਗਦਾ ਹੋਇਆ, ਰਾਲਾ ਨੀ ਜੀ ਰਾਲਾ ਨੀ ਰਾਲਾ ਨੀ ਰਾਲਾ ਨੀ ਰਾਲਾ ਨੀ, ਮੇਰੀ ਬੇਨਤੀ ਹੈ ਚੋਲਾ ਸਾਹਿਬ ਦਾ ਮੇਰੇ ਵੀਰੋ ਹੈਪੀ, ਤੇ ਜੋਗੇ ਵਾਲੀ ਆ ਪੱਪੂ ਡੱਕਿਆ ਜਾ ਚੁੱਕਾ, ਚੱਲਦੀ ਨੌਜਵਾਨਾਂ ਕਬੱਡੀ ਕਿਸ ਨੌਜਵਾਨ ਦੀ, ਆਓ ਮੈਲਾ ਬਗਿਆੜ ਇਹ ਆ ਨਾ ਗੱਭਰੂ ਭੱਜਿਆ ਇੱਥੇ ਰੱਖ, ਨੱਚਦਾ ਨਚਾਉਂਦਾ ਹੁਣ ਸਮਾਨ ਸਨਮਾਨ, ਚੱਲੋ ਡਿੱਪੀ ਪਾ ਕਬੱਡੀ, ਡਿੱਪੀ ਬੁਰਜ ਦਾ ਕਬੱਡੀ ਪਾਉਂਦਾ ਹੋਇਆ, ਚੱਲ ਵੀ ਨੌਜਵਾਨਾਂ ਖੇਡ ਮੈਦਾਨ ਵਿੱਚ ਪੈਣਾ ਆਪਣੀ ਕੁੱਲੀ ਨੂੰ ਅੱਗ ਲਾਉਣੀ, ਔਰ ਸਾਹਮਣੇ ਦੇਖਦੇ ਹਾਂ ਕੁੱਲੀ ਫੂਕ ਤਮਾਸ਼ਾ ਵੇਖਣਾ ਪੈਂਦਾ ਕਬੱਡੀ ਕਿਸ ਨੌਜਵਾਨ ਨੇ ਪਾਈ ਡਿੱਪੀ ਨੇ, ਉਧਰਲੇ ਬੰਨੇ ਇੱਕ ਕੰਨੀ ਤੇ ਦੂਸਰੇ ਬੰਨੇ ਚੋਲਾ ਸਾਹਿਬ ਦੀ ਧਰਤੀ ਦਾ ਮੁੰਡਾ ਦਿੱਲੀ ਤੋਂ ਲਾਂਗ ਹੈਪੀ, ਆਓ ਵੇਖੋ ਮਿਲ ਜਾਓ ਉਹ ਦਿੱਲੀ ਤੋਂ ਬਣ ਗਿਆ ਲੌਂਗ, ਲੌਂਗ ਤੋਂ ਕੋਕਾ ਬਣ ਗਿਆ ਨੀ, ਕਹਿੰਦੇ ਸੀਰੀ ਤੋਂ ਪੈ ਗਈ ਖੁੱਡ, ਖੁੱਡ ਤੋਂ ਘਾਰਾ ਬਣ ਗਿਆ ਨੀ, ਚੱਲ ਉਹ ਸੁਖਣਾ ਫੜ ਤਿਆਰੀ, ਚੱਲ ਵੀ ਨੌਜਵਾਨਾਂ ਚੱਲਿਆ ਕਬੱਡੀ ਦਾ ਮਹਾਬਲੀ ਯੋਧਾ ਮਿਲ ਵਜੋ, ਉਧਰਲੇ ਬੰਨੇ 25,000 ਦੀ ਜਿਹੜੀ ਕਬੱਡੀ ਖੇਡ ਮੈਦਾਨ ਵਿੱਚ ਪੈਣ ਲੱਗੀ ਹੈ ਆ ਵੀ ਨੌਜਵਾਨਾਂ, ਹੇ ਕੱਲੇ ਕੱਲੇ ਟਾਚਾ ਪਿੱਛੇ ਉਹਦੇ ਵੱਲ, ਬੇਨਤੀ ਹੈ ਭਰਾ ਜੀ ਆ ਥੋੜਾ ਪਿੱਛੇ ਉਦੋਂ ਦੇਖੀਏ ਵੀ ਕੌਣ ਗੱਭਰੂ ਇਸ ਨੌਜਵਾਨ ਨੂੰ ਡੱਕਦਾ, ਵੇਖਾਂਗੇ ਇੱਕ ਬੰਨੇ ਚੋਲੇ ਦਾ ਸੁਖਮਨ, ਦੂਸਰੇ ਬੰਨੇ ਫਰੰਦੀਪੁਰੀਆ, ਆ ਵੀ ਨੌਜਵਾਨਾਂ ਕੱਲਾ ਕੱਲਾ ਪੁਆਇੰਟ ਤੇ ਕੱਲੀ ਕੱਲੀ ਕਬੱਡੀ ਲੀਕੀ ਜਾ ਰਹੀ ਹੈ ਕਬੱਡੀ, ਦੋ ਮੋਟਰਸਾਈਕਲ ਅੱਜ ਨਿਰਤੇਜ ਵਰਾੜ ਜੀ
ਅੱਜ ਪੂਰੇ ਖੁਸ਼ ਨੇ ਆਪਣੀ ਟੂਰਨਾਮੈਂਟ ਕਮੇਟੀ ਸਰਦਾਰ ਜਗਮੋਹਨ ਸਿੰਘ ਦੀ ਸਰਪੰਚ ਹੋ ਰਹੀ, ਉਧਰਲੇ ਬੰਨੇ ਹਰਬੰਸ ਨਾਛੀ ਬੁਗਰਾ, ਯਾਦਵਿੰਦਰ ਬਰਾੜ ਜੀ ਕੈਸ਼ੀਅਰ, ਆਪਣੀ ਪੂਰੀ ਮਿੱਤਰ ਮੰਡਲੀ ਨਾਲ ਖੁਸ਼ ਨੇ। ਆਹ ਕਬੱਡੀ ਜਿਹੜੀ ਪੱਪੂ ਦੀ ਖੇਡ ਮੈਦਾਨ ਵਿੱਚ ਪੈਂਦੀ ਹੋਈ ਬਾਹ ਵੀ ਨੌਜਵਾਨਾਂ ਬੱਲੇ ਬੱਲੇ ਹੋਈ ਪਈ ਹੈ। ਸੱਜੇ ਖੱਬੇ ਖੱਬੇ ਸੱਜੇ ਲਾ ਲਾ ਕੇ ਸੁਰਦਾ ਇਹ ਵੇਖਾਂਗੇ। ਔਰ ਉਧਰਲੇ ਬੰਨੇ ਪੁਆਇੰਟ ਜਿਹੜਾ ਪੱਪੂ ਦਾ ਜੋਗੇਵਾਲ ਦੀ ਟੀਮ ਦਾ, ਚੱਲ ਵੀ ਨੌਜਵਾਨਾਂ ਕਬੱਡੀ ਰੇਸ਼ਮ ਚੰਬੇ ਦੀ, ਚੱਲ ਵੀ ਨੌਜਵਾਨਾਂ ਚੰਬੇ ਦਾ ਰੇਸ਼ਮ ਫੇਰ ਕਬੱਡੀ ਪਾਉਣ ਲਈ ਵਾਧਾ ਹੋਇਆ। ਉਹ ਲਾਈਟਾਂ ਨਾ ਯਾਰ, ਉਹ ਬੱਚੇ ਨੂੰ ਆਏ ਨਾ ਕਰ ਯਾਰ। ਗੁਰਤੇਜ ਸਰਪੰਚ ਵੱਲੋਂ ਹਾਜ਼ਰ ਲਓ ਜੀ, 1000 ਰੁਪਇਆ ਗੁਰਤੇਜ ਸਰਪੰਚ ਵਲਟੋਆ ਹੱਕਦੇ ਆ ਜੇ ਚੋਲੇ ਦਾ ਅਰਸ਼ ਲਾਉਂਦਾ। 1000 ਰੁਪਇਆ ਦਿੱਤਾ ਜਾਣਾ ਮੁੰਡਾ ਐਨ ਟਿਕ 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 ਕਰਕੇ ਕਬੱਡੀ ਪੈ ਰਹੀ ਹੈ। ਉਧਰਲੇ ਬੰਨੇ ਫੈਸਲਾ ਤੇ ਪੁਆਇੰਟ ਰੇਡਰ ਦਾ ਕਹਿੰਦੇ ਵੀ ਨਾਨਕ ਨੂੰ ਹੱਥ ਲੱਗਾ ਮੇਰੇ ਵੀਰੋ, ਨਾਨਕ ਮੁੰਡੀਆਂ ਦਾ ਮੈਚ ਸਮਾਪਤੀ ਦੇ ਵੱਲ ਮੇਰੇ ਵੀਰੋ। ਇੱਕੋ ਮਿੰਟ ਜੀ, ਇੱਕੋ ਮਿੰਟ, ਰੁੱਕ ਜਾ ਅਵਤਾਰ, ਰੁੱਕ ਜਾ ਰੁੱਕ ਜਾ ਰੁੱਕ ਜਾ, ਕੌਣ ਜਿੱਤਿਆ ਜੀ ਮੈਨੂੰ ਦੱਸੋ। ਇੱਕੋ ਮਿੰਟ ਜੀ, 25,000 ਰੁਪਇਆ ਜਿਹੜਾ ਰੇਟ ਤੇ ਲੱਗਾ ਸੀ ਸੁਖਮਨ ਨੂੰ ਦੇਵਾਂਗੇ। ਚੋਲਾ ਸਾਹਿਬ ਦੇ ਜਿਹੜੇ ਪੁਆਇੰਟ ਨੇ 21 ਤੇ ਜੋਗੇ ਵਾਲੇ ਦੇ ਪੁਆਇੰਟ ਨੇ 15.5 ਜੀ। ਚੋਲਾ ਸਾਹਿਬ ਦੀ ਟੀਮ ਇਸ ਮੈਚ ਦੀ ਜੇਤੂ ਟੀਮ ਜੀ। ਔਰ ਸਨੀ ਗੱਲ ਮੇਰਾ ਵੀ, ਕਬੱਡੀ ਮੇਰੀ ਜਿੰਦ ਜਾਣ ਵਾਲੇ, ਅਸੀਂ ਉਹਨਾਂ ਦਾ ਵੀ ਬਹੁਤ ਵੱਡਾ ਧੰਨਵਾਦ ਕਰਦੇ ਹਾਂ। ਔਰ ਬੂਟਾ ਮਰੀਆਣਾ ਤੇ ਦਲਬਾਗ ਗੱਜਣ ਵਾਲਾ, ਹਾਂ ਮੈਨੂੰ ਦੱਸੋ ਜੀ ਕਿਹੜਾ ਬੈਸਟ ਰੇਡਰ ਤੇ ਕਿਹੜਾ ਬੈਸਟ ਜਾਫੀ। ਹਾਂਜੀ ਇੱਕ ਮਿੰਟ ਜੀ, ਬੈਸਟ ਰੇਡਰ ਜੋ ਬੈਸਟ ਜਾਫੀ, ਸੋਰੀ ਹੈਪੀ ਹੈਪੀ ਚੋਲਾ ਬੈਸਟ ਜਾਫੀ, ਤਾੜੀਆਂ ਮਾਰ ਦਿਓ ਜੀ। ਤੇ ਇੱਕੋ ਮਿੰਟ ਜੀ, ਉਹ ਸਾਰੇ ਪੈਸੇ ਇੱਕੋ ਮਿੰਟ, ਬੈਸਟ ਰੇਡਰ ਦੱਸੋ ਜੀ ਇੱਕ ਮਿੰਟ। ਹਰਦਾ ਬਲਦੇਵ ਬਰਾੜ ਜੀ, ਕੋਈ ਗੱਲ ਨੀ ਜੀ, ਕੋਈ ਗੱਲ ਨੀ, ਰੁਕ ਜੋ। ਹੈਲੋ, ਇੱਕੋ ਮਿੰਟ ਜੀ, ਜਿਹੜੇ ਵੀਰ ਮੇਰਾ ਵੀਰ, ਹੈਲੋ ਜਾਂਟਾ ਵੀਰ ਯਾਰ ਪਿੱਛੇ ਹਟ ਗਏ ਯਾਰ, ਹੈਲੋ ਇੰਨਾ ਚੋਲੇ ਦੀ ਟੀਮ ਦਾ ਮੇਰਾ ਵੀਰ, ਆ ਜਿਹੜੇ ਬੈਠ ਟੋਰੋਂਟੋ ਤੋਂ ਬੈਠ ਜਾਫੀ ਦੱਸਣ ਲੱਗੇ ਆ, ਸਾਰੇ ਵੀਰ ਧਿਆਨ ਦੇਣ, ਜਿਹੜਾ ਬੈਠ ਟੋਰੋਂਟੋ ਹੈ ਸੁਖਮਨ ਚੋਲਾ ਸਾਹਿਬ ਤੇ ਬੈਠ ਜਾਫੀ ਹੈਂਪੀ ਚੋਲਾ ਸਾਹਿਬ, ਅੱਜ ਦੇ ਮੈਚ ਦਾ ਬੈਠ ਟੋਰੋਂਟੋ ਸੁਖਮਨ ਚੋਲਾ ਸਾਹਿਬ ਤੇ ਬੈਠ ਜਾਫੀ ਹੈਂਪੀ ਚੋਲਾ ਸਾਹਿਬ। ਜ਼ੋਰਦਾਰ ਤਾੜੀਆਂ ਮਾਰ ਦਿਓ ਜੀ ਦੋ ਧਿਰ ਮੇਰੇ ਵੀਰਾਂ ਲਈ, ਬੈਸਟ ਰੇਡਰ ਸੁਖਮਨ ਚੋਲਾ, ਬੈਸਟ ਰੇਡਰ ਹੈਪੀ ਚੋਲਾ ਸਾਹਿਬ, ਦੋਵੇਂ ਖਿਲਾੜੀ ਬੈਸਟ ਰੇਡਰ ਜਾਫੀ ਡਿਕਲੇਅਰ ਕੀਤੇ ਗਏ ਆ। ਔਰ ਅੱਜ ਦੀ ਜਿਹੜੀ ਜੇਤੂ ਟੀਮ ਹੈ ਚੋਲਾ ਸਾਹਿਬ
ਸੈਕਟਰੀ ਸਾਡੇ ਕਲਾਸੀ ਦੀ ਜੋਗੇਵਾਲੀ ਦੀ ਟੀਮ ਹੈ ਜੋਗੇਵਾਲਾ ਜੀ ਬਹੁਤ ਮਿਹਰਬਾਨੀ ਹੁਣ ਅਸੀਂ ਇਹਨਾਂ ਟੀਮਾਂ ਨੂੰ ਮਾਣ ਸਨਮਾਨ ਦੇਵਾਂਗੇ ਵੀਰ ਜੀ ਅੱਗੇ ਕੋਈ ਰੱਖ ਲਾ ਕਰ ਦਿਓ ਹੈਲੋ ਹੈਲੋ ਧੋਨੀ ਚੋਲਾ ਸਾਹਿਬ ਦਾ ਮੇਰੇ ਕੋਲ ਆਵੇ ਧੋਨੀ ਹੈਲੋ 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 ਸੀਰਾ ਜਿੱਥੇ ਵੀ ਆਵਾਜ਼ ਸੁਣਦਾ ਉਹ ਟਰਾਫੀ ਵਾਲੀ ਚਾਬੀ ਲੈ ਕੇ ਤੇਜੇ ਨੂੰ ਸਟੇਜ ਤੇ ਮਿਲੇ ਤੇਜੇ ਕੈਨੇਡੀਅਨ ਨੂੰ ਜਿੱਥੇ ਵੀ ਆਵਾਜ਼ ਸੁਣਦਾ ਸੀਰਾ ਟਰਾਫੀਆਂ ਵਾਲੀ ਚਾਬੀ ਲੈ ਕੇ ਤੇਜੇ ਕੈਨੇਡੀਅਨ ਨੂੰ ਮਿਲੇ ਹੈਲੋ ਆ ਬਾਈ ਜੀ ਬੈਸਟ ਰੇਟਰ ਬੈਸਟ ਜਾਫੀ ਉਹਨਾਂ ਨੂੰ ਬੇਨਤੀ ਕਰ ਸਟੇਜ ਤੇ ਪਹੁੰਚ ਜਾਣਾ ਓ ਹੈਲੋ ਓ ਸਟੂਡੀਓ ਵਾਲਿਆਂ ਨੂੰ ਬੇਨਤੀ ਹੈ ਤੁਸੀਂ ਬਹੁਤ ਤਾਂ ਲੈ ਰਹੇ ਹੋ ਓ ਸਾਡਾ ਸੋਹਣਾ ਜਿਹਾ ਆ ਸਾਡਾ ਕੰਮ ਕਰ ਦਿਓ ਆ ਥੋੜੇ ਨਾਮ ਦੇ ਡਾਟ ਕਰੋ ਅਸੀਂ ਨਾਮ ਦੇਣੇ ਪਹਿਲੇ ਹੈਲੋ ਹੈਲੋ ਵੀਰੇ ਥੱਲੇ ਆਉਣੇ ਅਸੀਂ ਥੱਲੇ ਨਾਮ ਦੇ ਰਹੇ ਵੀਰੇ ਹੈਲੋ ਭਾਈ ਥੱਲੇ ਆਉਣੇ ਥੱਲੇ ਉਹ ਬਾਈ ਨਹੀਂ ਥੱਲੇ ਵੀਡੀਓ ਬਣਨੀ ਵੀਰੇ ਇੰਟਰਨੈਟ ਤੇ ਲਾਈਵ ਚੱਲਣਾ ਵੀਰੇ ਨਹੀਂ ਨਹੀਂ ਬਾਈ ਜੀ ਮੇਰਾ ਬਾਈ ਥੱਲੇ ਆਉਣੇ ਆ ਹੈਲੋ 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 ਬੈਸਟ ਰੇਟਰ ਜੀ ਸੁਖਮਾਨ ਤੇ ਹੈਪੀ ਬੈਸਟ ਜਾਫੀ ਹੈਲੋ ਹੈਲੋ ਵੀਰੇ ਬੇਨਤੀ ਜਮ ਕਰ ਦਿਓ ਬਾਈ ਜੀ ਅਸੀਂ ਨਾ ਸਾਡੇ ਚੀਫ ਗੈਸਟ ਗਰੇਵਾਲ ਸਾਹਿਬ ਆ ਉਹ ਗਰੇਵਾਲ ਸਾਹਿਬ ਨੂੰ ਬੇਨਤੀ ਆ ਵੀਰੇ ਸਾਡੇ ਪੂਰੇ ਇਕੱਠ ਨਾ ਕਰੋ ਗਰੇਵਾਲ ਸਾਹਿਬ ਤੋਂ ਅਸੀਂ ਨਾਮ ਦੋਣਾ ਜੀ ਤੇ ਬੇਨਤੀ ਆ ਜੀ ਇਹਨਾਂ ਕੋਲੋਂ ਇਕੱਠ ਛੱਡ ਦਿਓ ਧੰਨਵਾਦ ਹੋਵੇ ਤੇ ਆਇਓ ਆਇਓ ਇੱਥੇ ਗਰੇਵਾਲ ਸਾਡੇ ਕੋਲੇ ਖੜੇ ਸਾਰੇ ਹਾਂਜੀ ਅਸੀਂ ਬੇਨਤੀ ਕਰਦੇ ਹਾਂ ਸਾਡੇ ਜਿਹੜੇ ਚੀਫ ਗੈਸਟ ਹੈ ਸਰਦਾਰ ਤਜਿੰਦਰ ਸਿੰਘ ਜੀ ਗਰੇਵਾਲ ਸਾਹਿਬ ਉਹਨਾਂ ਦੇ ਮੂਹਰੇ ਬਾਲਾ ਇਕੱਠ ਨਾ ਮਾਰੋ ਕਿਉਂਕਿ ਉਹ ਥੋੜੇ ਜਿਹੇ ਅੱਗੇ ਉਹ ਸਿਹਤ ਤੋਂ ਪਰੇਸ਼ਾਨ ਆ ਇਸ ਕਰਕੇ ਬੇਨਤੀ ਆ ਵੀ ਅੱਗੇ ਇਕੱਠ ਨਾ ਮਾਰਨ ਕਮੇਟੀ ਵਾਲਿਓ ਥੱਲੇ ਫੜ ਦੇ ਦਿਓ ਸਮਾਨ ਸੇਰ ਜਾਣਾ ਹੋ ਉਹਨਾਂ ਨੇ ਬਾਕੀ ਬਾਈ ਸਾਰੇ ਪਾਸੇ ਹਟ ਜਾਓ ਇੱਥੇ ਦਾ ਲੈਨ ਲਵਾ ਲਓ ਦੋਵੇਂ ਪਾਸੇ ਕਲੀ ਪਵਾ ਲਓ ਦੋਵੇਂ ਟੀਮਾਂ ਨੂੰ ਅਸੀਂ ਮਾਨ ਸਨਮਾਨ ਦੇਣਾ ਅੱਜ ਦੀ ਵਿਨਰ ਜਿਹੜੀ ਟੀਮ ਹੈ ਚੋਲਾ ਸਾਹਿਬ ਹੈ ਔਰ ਸੈਂਕਡ ਜਿਹੜੀ ਰਹੀ ਟੀਮ ਹੈ ਉਹ ਜੋਗੇਵਾਲ ਦੀ ਟੀਮ ਹੈ ਮਿਹਰਬਾਨੀ ਹੈ ਪੰਜਾਬ ਲਾਈਵ ਨੰਬਰ 1 ਦਾ ਧੰਨਵਾਦ ਹੈ ਸਾਡਾ ਵੀਰ ਕਰਨ ਮਈਆਂ ਵਾਲਾ ਰਿੰਪਾ ਹਰਾਜ ਜੀ ਗੀਤਾ ਗੱਜਣ ਵਾਲਾ ਜੁਗਰਾਜ ਮਾਲਾ ਜੀ
ਫਸਟ ਸੈਕਿੰਡ ਜਿਹੜੀਆਂ ਟੀਮਾਂ ਆਪਣੇ ਪ੍ਰਾਈਜ ਲੈ ਲੈਣਗੀ, ਫਸਟ ਸੈਕਿੰਡ ਜਿਹੜੀਆਂ ਟੀਮਾਂ ਆਪਣੇ ਪ੍ਰਾਈਜ ਲੈ ਲੈਣ, ਮੇਰੀ ਬੇਨਤੀ ਇਹਨਾਂ ਟੀਮਾਂ ਨੂੰ। ਹੈਲੋ, ਆ ਜਿੱਥੇ ਗਰੇਵਾਲ ਸਾਹਿਬ ਬੈਠੇ ਆ, ਆ ਟੀਮਾਂ ਨੂੰ ਬੇਨਤੀ ਕਰਦੇ ਆ ਦੋਨੇ ਟੀਮਾਂ ਇੱਥੇ ਪਹੁੰਚ ਜਾਣ, ਫਸਟ ਸੈਕਿੰਡ ਦੋਨੇ ਟੀਮਾਂ। ਨਾਮਾਂ ਦੀ ਵੰਡ ਸਾਡੇ ਚੀਫ ਗੈਸਟ ਕੁਲਜਿੰਦਰ ਸਿੰਘ ਗਰੇਵਾਲ ਅਤੇ ਨਵਤੇਜ ਸਿੰਘ ਕੈਨੇਡੀਅਨ ਸਾਹਿਬ, ਜਗਮੋਹਨ ਸਿੰਘ ਸਰਪੰਚ ਸਾਂਝੇ ਤੌਰ 'ਤੇ ਕਰਨਗੇ। ਟੀਮਾਂ ਨੂੰ ਬੇਨਤੀ ਆ ਵੀ ਆ ਜਿੱਥੇ ਨਾਮ ਵੰਡੇ ਜਾ ਰਹੇ ਉੱਥੇ ਪਹੁੰਚ ਜਾਣ। ਸੁਖਮਨ ਚੋਲਾ, ਗੋਪੀ ਫਰੰਦੀਪੁਰੀ ਆ, ਇਹਨਾਂ ਨੂੰ ਖਾਸ ਤੌਰ 'ਤੇ ਬੇਨਤੀ ਆ ਵੀ ਇੱਧਰ ਦੇ ਪਾਸੇ ਆ ਜਾਓ ਪ੍ਰਾਈਜ ਲੈਣ ਲਈ। ਅਤੇ ਜਾਂ ਨਵਤੇਜ ਸਿੰਘ ਕੈਨੇਡੀਅਨ ਕਿੱਥੇ ਆ ਜੀ? ਨਵਤੇਜ ਸਿੰਘ ਕੈਨੇਡੀਅਨ, ਸਰਦਾਰ ਨਵਤੇਜ ਸਿੰਘ ਕੈਨੇਡੀਅਨ ਨੂੰ ਅਸੀਂ ਬੇਨਤੀ ਕਰਦੇ ਹਾਂ, ਕਿੱਥੇ ਆ ਜੀ ਉਹ? ਇੱਥੇ ਆ ਕੇ ਦੇਣ ਪੈਸੇ, ਇੱਥੇ ਆ ਕੇ ਦੇ ਦੇਣ ਬਾਈ ਨਵਤੇਜ ਬਾਈ, ਸੁਖਮਨ ਨੂੰ ਵੀ ਨਾਲ ਲਿਆ, ਇੱਥੇ ਇੱਥੇ ਆ ਗਏ ਬਾਈ ਬਾਈ ਨਵਤੇਜ ਸਿੰਘ। ਹਾਂਜੀ, ਸਰਦਾਰ ਨਵਤੇਜ ਸਿੰਘ ਕੈਨੇਡੀਅਨ ਸਾਡੇ ਇਸ ਟੂਰਨਾਮੈਂਟ ਦੇ ਕਰਤਾ ਕਰਤਾ, ਜਿਨ੍ਹਾਂ ਦੀ ਬਦੌਲਤ ਇਹ ਖੇਡ ਮੇਲਾ ਇੱਥੋਂ ਤੱਕ ਪਹੁੰਚਿਆ, ਉਹਨਾਂ ਨੂੰ ਬੇਨਤੀ ਆ ਵੀ ਇੱਧਰ ਆ ਜਾਣ। ਨਵਤੇਜ ਸਿੰਘ ਜੀ ਕੈਨੇਡੀਅਨ ਸਾਹਿਬ ਨੂੰ ਅਸੀਂ ਵਾਰ ਵਾਰ ਬੇਨਤੀ ਕਰਦੇ ਹਾਂ ਜਿੱਥੇ ਵੀ ਆ ਸੁਣਦੇ। ਹਾਂ, ਥੈਂਕ ਯੂ ਬਾਈ। ਓਪਨ ਟੀਮ ਹੈ ਦਲਾਲ, ਓਪਨ ਟੀਮਾਂ ਬਾਈ, ਦੋਨੇ ਓਪਨ ਟੀਮਾਂ ਨੂੰ ਬੇਨਤੀ ਆ ਵੀ ਚੋਲਾ ਸਾਹਿਬ ਦੀ ਟੀਮ ਨੂੰ ਬੇਨਤੀ ਆ ਵੀ ਆਪਣਾ ਪ੍ਰਾਈਜ ਲੈਣ ਲਈ ਪਹੁੰਚ ਜਾਓ। ਚੋਲਾ ਸਾਹਿਬ, ਸੁਖਮਨ ਚੋਲਾ ਜੀ, ਆਪਣੀ ਟੀਮ ਨੂੰ ਮਿਹਰਬਾਨੀ, ਦੋਵੇਂ ਟੀਮਾਂ ਆਪਣਾ ਪ੍ਰਾਈਜ ਲੈ ਲੈਣ। ਆ ਰਹੀ ਆ, ਇੱਧਰ ਆਓ ਬਾਈ ਜੀ, ਸੁਖਮਨ ਸਾਰੀ ਟੀਮ ਨੂੰ ਲੈ ਕੇ ਆ ਵੀਰੇ, ਆ ਰਹੀ ਸੁਖਮਨ, ਆ ਬੇਨਤੀ ਆ ਇੱਧਰ ਥੱਲੇ ਵੀਰੇ ਆਓ, ਲਈ ਵੀਰੇ ਚਾਬੀਆਂ ਦੇ ਦਿਓ, ਟੀਮ ਵਾਲੇ ਬਈ ਹੋਰ ਨਾ ਕੀਤਾ ਜਾਵੇ। ਆ ਬਾਈ ਇੱਕ ਵਾਰ ਆ ਬੋਲ ਪਾਸੇ ਬੇਨਤੀ ਆ ਉਹ ਆਓ। ਹਾਂਜੀ, ਆ ਬਾਈ ਸਾਹਮਣੇ ਚਾਨਣ ਸਾਹਿਬ ਤੋਂ ਹਟੋ, ਚਾਨਣ ਸਾਹਿਬ ਤੋਂ ਹਟੋ, ਆ ਬੇਨਤੀ ਆ, ਆ ਸਾਹਮਣੇ ਹੋ ਜਾ ਚਾਨਣ ਸਾਹਿਬ ਦੇ ਵੀਰੇ। ਹੈਲੋ, ਆ ਸਾਹਮਣੇ ਯਾਰ ਚਾਨਣ ਛੱਡ ਦਿਓ ਵੀਰੇ, ਹੋਰ ਚਾਨਣ ਲੱਗੇ ਵੀਰੇ ਚਾਨਣ ਛੱਡ ਦਿਓ। ਚੋਲਾ ਸਾਹਿਬ ਦੀ ਟੀਮ ਜੋ ਅੱਜ ਦੇ ਕੱਪ ਦੀ ਬੈਸਟ ਹੈ, ਆਂਡਾ ਜੀ ਮੈਚ ਲਾ ਲਓ। ਸੈਕਿੰਡ ਆ ਚੋਗਿਆਂ ਦਾ, ਉਹਨਾਂ ਦੀ ਲੋਕ ਬੇਨਤੀ ਆ ਕੇ ਆਊਟ ਆਊਟ ਨਾ ਹੋ ਜਾਓ। ਹਾਂਜੀ, ਆਪਣਾ ਪ੍ਰਾਈਜ ਵੀ ਲਓ। ਜੋਗੇ ਵਾਲੇ ਦੀ ਟੀਮ ਨੂੰ ਬੇਨਤੀ ਆ ਕੋਚ ਕੁਲਵੰਤ ਸਿੰਘ ਆਪਣੀ ਟੀਮ ਨੂੰ ਲੈ ਕੇ ਪਹੁੰਚਣ। ਠੀਕ ਹੈ ਜੀ, ਬੂਟੇ ਉਮਰੀ ਵਾਲੇ ਦੇ ਆਏ, ਬਹੁਤ ਕਲੋਜ ਆਏ ਟੀਮ ਚੋਲਾ ਸਾਹਿਬ, ਬੂਟੇ ਨੇ ਬੜੇ ਮਾਣ ਨਾਲ। ਹੈਲੋ, ਹਾਂਜੀ, ਜੋਗੇ ਵਾਲੇ ਦੀ ਟੀਮ ਨੂੰ ਬੇਨਤੀ ਆ ਉਹ
ਜੋਗੇ ਵਾਲੇ ਦੀ ਟੀਮ ਨੂੰ ਬੇਨਤੀ ਹੈ ਵੀ ਉਹ ਆਪਣਾ ਪ੍ਰਾਈਜ਼ ਲੈਣ ਲਈ ਪਹੁੰਚ ਜਾਏ। ਕੋਚ ਕੁਲਵੰਤ ਸਿੰਘ ਜੋ ਕਿ ਆਪਣੇ ਵੇਲੇ ਦੇ ਬਹੁਤ ਵਧੀਆ ਪਲੇਅਰ ਰਹੇ ਆ ਤੇ ਹੁਣ ਉਹਨਾਂ ਨੇ ਬੜੀ ਵਧੀਆ ਟੀਮ ਤਿਆਰ ਕੀਤੀ ਹੈ ਦੁਆਬੇ ਤੋਂ ਆ ਕੇ। ਹਾਂਜੀ ਬੜਾ ਚਾਵਾਂ ਨਾਲ ਗੁਰੂ ਮਹਾਰਾਜ ਦੀ ਕਿਰਪਾ ਨਾਲ ਸਾਡਾ ਅੱਜ ਦਾ ਖੇਡ ਮੇਲਾ ਸੰਪੰਨ ਹੋਇਆ ਕਿਉਂਕਿ ਇਹ ਜੋ ਖੇਡ ਮੇਲੇ ਬਹੁਤ ਘੱਟ ਨਜ਼ਰ ਆ ਰਹੇ ਆ ਤੇ ਇਸਦਾ ਸਿਹਰਾ ਸਾਰਾ ਨਵਤੇਜ ਸਿੰਘ ਜੀ ਬਰਾੜ ਕਨੇਡੀਅਨ ਸਾਹਿਬ ਨੂੰ ਜਾਂਦਾ ਜਿਨ੍ਹਾਂ ਨੇ ਕਿ ਇੱਕ ਤਾਂ ਮੋਟਰਸਾਈਕਲ ਆਪਣੇ ਕੋਲੋਂ ਦਿੱਤਾ 81,000 ਰੁਪਇਆ ਪ੍ਰਾਈਜ਼ ਦਿੱਤਾ ਇੱਕ ਮੋਟਰਸਾਈਕਲ ਆਪਣੇ ਕੋਲੋਂ ਦਿੱਤਾ 81,000 ਰੁਪਇਆ ਪ੍ਰਾਈਜ਼ ਦਿੱਤਾ ਤੋਂ ਇਲਾਵਾ ਨੋਟਾਂ ਦੀ ਵਰਤਾ ਕਰਦੇ ਰਹੇ ਹਰੇਕ ਰੋਡ ਤੇ। ਹੁਣ ਜੋਗੇ ਵਾਲੇ ਦੀ ਟੀਮ ਨੂੰ ਬੇਨਤੀ ਹੈ ਪੱਪੂ ਜੋਗੇ ਵਾਲਾ ਕੋਚ ਕੁਲਵੰਤ ਸਿੰਘ ਜੋਗੇ ਵਾਲਾ ਸਾਰਿਆਂ ਨੂੰ ਬੇਨਤੀ ਹੈ ਵੀ ਉਹ ਆਪਣਾ ਪ੍ਰਾਈਜ਼ ਲੈ ਲਓ ਥੱਲੇ ਦੌੜ ਕੇ ਵੀਰੇ ਤਸਵੀਰ ਖਿੱਚਣੀ ਹੈ ਥੱਲੇ ਦੌੜ ਕੇ ਤਸਵੀਰ ਖਿੱਚਣੀ ਹੈ
ਬਹੁਤ ਡੋਲੇ ਆਉਂਦੇ ਆ ਬਹੁਤ ਮਜ਼ਾ ਆ ਗਿਆ।